ਫਾਟਕ ਤੇ ਟ੍ਰੇਨ ਲੰਘਣ ਸਾਰ ਹੀ 5 ਸਕਿੰਟਾਂ ਦੇ ਵਿੱਚ ਫਾਟਕ ਚੱਕੇ ਗਏ ਵੀ 5 ਸਕਿੰਟਾਂ ਦੇ ਵਿੱਚ ਕੋਈ ਹੁੰਦਾ ਆਪਾਂ 40 ਘੰਟੇ ਚਲੋ ਘਰੇ ਰਹਿ ਕੇ ਆਏ ਹਾਂ ਤੇ ਆਪਾਂ ਨੂੰ 70 ਘੰਟੇ ਚਲਾਉਣ ਨੂੰ ਦੁਬਾਰਾ ਫੇਰ ਮਿਲ ਗਏ ਜਦੋਂ ਆਪਾਂ ਇਹ ਚਲਾ ਲਿਆ। ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਆ ਗਏ ਜੀ ਤੁਹਾਡੇ ਵਾਸਤੇ ਇੱਕ ਹੋਰ ਵੀਡੀਓ ਕਹਿੰਦਾ ਸਰੀ ਵਾਲਾ। ਅਤੇ ਬਾਈ ਜੀ, ਉਮੀਦ ਕਰਦੇ ਹਾਂ ਸਾਰੇ ਆਪਣੇ ਘਰ ਪਰਿਵਾਰਾਂ ਵਿੱਚ ਰਾਜ਼ੀ ਖੁਸ਼ੀ ਹੋਣਗੇ ਅਤੇ ਹੋਣੇ ਵੀ ਬਾਈ ਜੀ ਚਾਹੀਦੇ ਹਾਂ। ਅਤੇ ਆਪਾਂ ਬਾਈ ਜੀ ਕਰਦੇ ਹਾਂ ਬਲੌਗ ਸਟਾਰਟ। ਅਤੇ ਬਾਈ ਜੀ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬਾਈ ਜੀ ਚੈਨਲ ਕਰ ਲਓ ਸਬਸਕ੍ਰਾਈਬ। ਅਤੇ ਅੱਜ ਆਏ ਹਾਂ ਬਾਈ ਜੀ ਆਪਾਂ ਟਰੱਕ ਚੱਕਣ ਜਿਹੜਾ ਕਿ ਸਰਵਿਸ ਵਾਸਤੇ ਛੱਡਿਆ ਹੋਇਆ ਸੀ। ਤੇਲ ਪਾਣੀ ਬਾਈ ਜੀ ਆਪਣਾ ਜਮਾਂ ਓਕੇ ਰਿਪੋਰਟ ਆ ਅਤੇ ਮਾਰ ਦੇ ਬਾਈ ਜੀ ਆਪਾਂ ਸੈਲਫ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦਿੰਦਾ ਪਿਆ ਨਾ ਸਾਈਨ, ਕਹਿੰਦੇ ਬਾਈ ਤੁਹਾਡੀ ਏਅਰ ਘੱਟ ਆ, ਹੁਣ ਏਅਰ ਭਰੀ ਜਾਣੀ ਆ ਬਾਈ ਜੀ। ਟਰੱਕ ਕਰਤਾ ਆਪਾਂ ਸਟਾਰਟ। ਅਤੇ ਇੱਦਾਂ ਦੀ ਬਾਈ ਜੀ ਆਪਣੀ ਇਹ ਬੋਲਬੋ ਵਾਲਿਆਂ ਦੀ ਏਜੰਸੀ ਹੁੰਦੀ ਆ। ਦੇਖੋ ਮੈਕ ਲਿਖਿਆ ਨਾ, ਮੈਕ ਅਤੇ ਬੋਲਬੋ ਦੋਨੇ ਸੇਮ ਹੀ ਆ। ਅਤੇ ਇੱਦਾਂ ਟਰੱਕ ਖੜ੍ਹੇ ਇੱਥੇ ਆਪਣੇ, ਆ ਸਾਰੇ ਬੋਲਬੋ ਦੇ ਟਰੱਕ ਖੜ੍ਹੇ ਦੇਖੋ। ਅਤੇ ਇੱਥੇ ਆਪਾਂ ਛੱਡ ਗਏ ਸੀਗੇ, ਸਰਵਿਸ ਇਹਨਾਂ ਨੇ ਕਰਤੀ ਘਰੋਂ, ਆਪਾਂ ਸਿੱਧਾ ਬਾਈ ਜੀ ਇੱਥੋਂ ਆ ਗਏ ਸੀਗੇ। ਅਤੇ ਦੋਨੇ ਬਾਈ ਜੀ ਇਕੱਠੇ ਦੇਖੋ, ਮੈਕ ਦਾ ਸੈਂਡ ਬਣਾਇਆ ਵਾ, ਉਹ ਕੁੱਤਾ ਜਿਹਾ ਬਣਾਇਆ ਦੇਖੋ ਤਾਂ। ਅਤੇ ਇਹ ਬੋਲਬੋ ਵਾਲਿਆਂ ਦਾ ਲੋਗੋ ਹੈਗਾ ਏ। ਅਤੇ ਦੋਨੇ ਇੱਥੇ ਇਕੱਠੇ ਬਾਈ ਜਾਂਸਿਆਂ ਦਾ ਕੋਈ ਹੈਗਾ ਟਾਈ ਆਪਣਾ, ਜਿਵੇਂ ਹੀਰੋ ਅਤੇ ਹੌਂਡਾ ਦਾ ਸੀਗਾ ਉੱਦਾਂ ਟਾਈ ਆਪਾਂ ਇਹਨਾਂ ਦਾ। ਅਤੇ ਇਹ ਖੜ੍ਹਾ ਬਾਈ ਜੀ ਆਪਣਾ ਟਰੱਕ ਅਤੇ ਸਮਾਨ ਆਪਣਾ ਬਾਈ ਜੀ ਇਹਦੇ ਰੱਖਣ ਵਾਲਾ ਵਿੱਚ, ਕਿਉਂਕਿ ਮੈਂ ਸਿੱਧੀ ਚਾਬੀ ਲੈਣੀ ਉੱਠ ਗਿਆ। ਅਤੇ ਸਮਾਨ ਰੱਖਦੇ ਹਾਂ ਵਿੱਚ ਅਤੇ ਫਿਰ ਬਾਈ ਜੀ ਆਪਾਂ ਚੱਲਦੇ ਹਾਂ। ਅਤੇ ਜੇ ਗੱਲ ਕਰੀਏ ਬਾਈ ਜੀ ਮੌਸਮ ਪਾਣੀ ਦੀ, ਮੌਸਮ ਬਾਈ ਚੇਂਜ ਹੋਣ ਲੱਗ ਗਿਆ, ਪੱਤਝੜ ਆ ਗਈ ਅਤੇ ਪੱਤੇ ਦੇਖੋ ਡਿੱਗਣ ਲੱਗ ਗਏ ਦਰੱਖਤਾਂ ਦੇ, ਖੱਟੇ ਜਿਹੇ ਹੋਣ ਲੱਗ ਗਏ ਆ। ਅਤੇ ਬਸ ਠੰਡ ਹੋਣ ਲੱਗ ਗਈ, ਜਿਹੜਾ ਕੋਟਿੰਗ ਵਾਲਾ ਮੌਸਮ ਆ ਗਿਆ ਇੱਕ ਹਿਸਾਬ ਨਾਲ ਚੱਲ ਪਿਆ। ਅਤੇ ਥੋੜ੍ਹਾ ਥੋੜ੍ਹਾ ਮੀਂਹ ਵੀ ਸਟਾਰਟ ਹੋ ਗਿਆ, ਬਸ ਹੁਣ ਇੱਦਾਂ ਹੀ ਰਿਹਾ ਕਰਨਾ ਮੌਸਮ ਬਾਈ ਜੀ। ਮੀਂਹ ਪੈ ਗਿਆ ਦੇਖੋ ਬਾਈ ਜੀ, ਵਿੰਟੇਜ ਪਿੱਕਾ, ਪੁਰਾਣਾ ਪਿੱਕਾ ਕਿਸੇ ਦਾ ਖੜ੍ਹਾ। ਅਤੇ ਚੱਲਦੇ ਹਾਂ ਬਾਈ ਜੀ ਅਤੇ ਕਰਦੇ ਹਾਂ ਅੱਗੇ ਗੱਲਬਾਤ, ਅਤੇ ਕਰ ਲਈਏ ਬੁੱਕ ਬੁੱਕ ਸੈੱਟ ਅਤੇ ਫਿਰ ਆਪਾਂ ਰਾਹ ਦੇ ਵਿੱਚ ਗੱਲ ਕਰ ਦਾਂਗੇ। ਹਾਂਜੀ ਮਿੱਤਰੋ, ਆਪਾਂ ਲਿਆ ਜੀ ਟਰੱਕ ਚੱਕ ਅਤੇ ਚੱਲਿਆ ਹੁਣ ਜੀ ਜਾੜ ਦੇ ਵਿੱਚ। ਯਾਰ ਲੇਟ ਤਾਂ ਕਾਫੀ ਹੋ ਗਿਆ ਅਤੇ ਕਿਉਂਕਿ ਮੂਹਰੇ ਨਾ ਮੁੜ ਕੇ ਹਾਈਵੇ ਬੰਦ ਹੋਣ ਦਾ ਡਰ ਰਹਿੰਦਾ ਏ। ਅਤੇ ਚਲੋ ਆਪਾਂ ਚੱਲਦੇ ਹਾਂ ਬਾਈ ਜੀ। ਆਹ ਜਿਹੜਾ ਰੈਂਪ ਹੈਗਾ ਬਾਈ ਜੀ, ਆਪਾਂ ਆਉਂਦੇ ਪਏ ਹਾਂ ਡੈਲਟਾ ਸਾਈਡ ਤੋਂ ਅਤੇ ਆਪਾਂ ਹੁਣ ਚੜ੍ਹਨਾ ਹੈਗਾ ਬਾਈ ਜੀ 91 ਨੰਬਰ ਹਾਈਵੇ 'ਤੇ। ਅਤੇ ਜਿੱਥੋਂ ਜਾਣਾ ਆਪਾਂ ਬਾਈ ਜੀ ਸਿੱਧਾ ਫਿਰ ਜਾੜ ਨੂੰ ਜਾ ਕੇ ਅਤੇ ਮੁੜ ਕੇ ਟ੍ਰੇਲਰ ਹੁੱਕ ਕਰਾਂਗੇ, ਹੁੱਕ ਕਰਕੇ ਅਤੇ ਮੁੜ ਕੇ ਦੇਖਦੇ ਵੀ ਆਪਾਂ ਨੂੰ ਕਿੰਨਾ ਕੁ ਟਾਈਮ ਲੱਗਦਾ। ਅਤੇ ਆਹ ਬਾਈ ਜੀ ਜਿਹੜਾ ਹਾਈਵੇ 'ਤੇ ਆਪਾਂ ਚੜ੍ਹਨ ਲੱਗੇ ਹਾਂ, ਰੱਬ ਕਰੇ ਸਵਾਬਣਾ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਲੱਗੇ। ਅਤੇ ਬਾਈ ਜੀ ਜਦੋਂ ਤੁਸੀਂ ਏਅਰਪੋਰਟ ਤੋਂ ਆਉਣਾ ਅਤੇ ਜਦੋਂ ਸਰੀ ਵਿੱਚ ਐਂਟਰ ਕਰਨਾ, ਤੁਸੀਂ ਆਹ ਬ੍ਰਿਜ ਚੜ੍ਹ ਕੇ ਨਾ ਬੱਲੇ ਖੱਬੇ ਪਾਸੇ ਬਾਈ ਜੀ ਪੀਟਰ ਬੈਲਟ ਚੈੱਕ ਕਰਨਾ ਸੀਗਾ, ਬੈਕ ਕਰਕੇ ਦੇਖੋ ਕਿੰਨਾ ਸੋਹਣਾ ਲੱਗਦਾ। ਅਤੇ ਇਹ ਬਾਈ ਜੀ ਬ੍ਰਿਜ ਤੁਸੀਂ ਚੜ੍ਹ ਕੇ ਆਉਣਾ ਹਮੇਸ਼ਾ। ਇਹ ਬ੍ਰਿਜ ਦਾ ਨਾਂ ਹੈਗਾ ਜੀ ਐਲੈਕਸ ਬ੍ਰਿਜ, ਐਲੈਕਸ ਬ੍ਰਿਜ ਹੈਗਾ ਬਾਈ ਜੀ, ਫੇਮਸ ਬ੍ਰਿਜ ਆ ਜਿਹੜਾ ਕਿ ਸਰੀ ਤੋਂ ਵੈਨਕੂਵਰ ਨੂੰ ਜੋੜਦਾ ਹੈਗਾ ਏ। ਅਤੇ ਇਹ ਬ੍ਰਿਜ ਬਾਈ ਜੀ ਚੜ੍ਹ ਕੇ ਆਉਣਾ ਪੈਂਦਾ ਸਰੀ ਦੇ ਵਿੱਚ। ਇਹ ਜ਼ਿਆਦਾਤਰ ਮੋਸਟਲੀ ਜਿਹੜਾ ਟ੍ਰੈਫਿਕ ਟਰੈਵਲ ਕਰਦਾ ਏ ਆਹ ਬ੍ਰਿਜ ਥਾਈਂ ਤੁਸੀਂ ਕਰਦਾ, ਕਿਉਂਕਿ ਕਾਫੀ ਵਾਰ ਵੀਡੀਓ 'ਚ ਤੁਸੀਂ ਦੇਖਿਆ ਹੋਣਾ, ਲਓ ਵੀ ਮਿੱਤਰੋ ਸਾਹਮਣੇ ਸਕੇਲ ਵੀ ਆ ਗਈ। ਅਤੇ ਜੇ ਬਾਈ ਜੀ ਸਕੇਲ ਖੁੱਲ੍ਹੀ ਹੋਈ ਤਾਂ ਸਕੇਲ 'ਤੇ ਆਪਾਂ ਨੂੰ ਜਾਣਾ ਪੈਣਾ ਏ, ਅਤੇ ਜੇ ਸਕੇਲ ਹੋਈ ਬਾਈ ਜੀ ਬੰਦ ਤਾਂ ਫਿਰ ਆਪਾਂ ਲੰਘ ਜਾਣਾ ਸਿੱਧਾ। ਦੇਖੋ ਬਾਈ ਕਿੱਡੀ ਵੱਡੀ ਥੱਲੇ ਨਾ ਸਮੁੰਦਰ ਟੈਪ ਹੀ ਆ ਬਾਈ, ਲੇਕ ਕਹਿ ਦਿੰਦੇ ਕੋਈ, ਰਿਵਰ ਕਹਿ ਦਿੰਦਾ, ਬਹੁਤ ਵੱਡਾ ਏ। ਅਤੇ ਤਾਰਾਂ ਦੇਖੋ ਬਾਈ ਜੀ ਬ੍ਰਿਜ ਦੀਆਂ ਕਿੰਨੀਆਂ ਮੋਟੀਆਂ ਮੋਟੀਆਂ ਪਾਈਆਂ ਹੋਈਆਂ। ਅਤੇ ਸਨੋਅ ਦੇ ਵਿੱਚ ਬਾਈ ਜੀ ਇਹਨਾਂ ਉੱਤੇ ਨਾ ਸਨੋਅ ਜੰਮ ਜਾਂਦੀ ਹੈ, ਫਿਰ ਇਹਨੂੰ ਕਈ ਵਾਰ ਬੰਦ ਕਰਨਾ ਪੈ ਜਾਂਦਾ, ਕਿਉਂਕਿ ਸਨੋਅ ਜਦੋਂ ਫਰੀਜ਼ ਹੋ ਜਾਂਦੀ ਤਾਂ ਤੋਂ ਟੁਕੜੇ ਨਾ ਉੱਤੇ ਡਿੱਗਦੇ ਆ ਗੱਡੀਆਂ ਦੇ, ਅਤੇ ਵਿੰਡ ਸ਼ੀਲਡ ਆ ਬਾਈ ਜੀ ਉਹਦੇ ਨਾਲ ਟੁੱਟ ਜਾਂਦੀਆਂ, ਅਤੇ ਫਿਰ ਕਈ ਵਾਰ ਇਹਨੂੰ ਬੰਦ ਕਰ ਦਿੰਦੇ, ਮੁੜ ਕੇ ਉਹਨੂੰ ਕਲੀਨ ਕਲੂਨ ਕਰਕੇ ਨਾ ਮੁੜ ਕੇ ਫਿਰ ਓਪਨ ਕਰਨਾ ਪੈਂਦਾ ਏ। ਅਤੇ ਜ਼ਿਆਦਾ ਪਰ ਸਰੀ ਦੇ ਵਿੱਚ ਸਨੋਅ ਪੈਂਦੀ ਨਹੀਂ ਜੇ ਆਪਾਂ ਲਾ ਕੇ ਚੱਲੀਏ, ਕਿਉਂਕਿ ਜ਼ਿਆਦਾਤਰ ਇੱਥੇ ਮੀਂਹ ਵਗੈਰਾ ਹੀ ਥੋੜ੍ਹਾ ਬਹੁਤਾ ਪੈਂਦਾ, ਸਨੋਅ ਬਹੁਤ ਘੱਟ ਪੈਂਦੇ ਬਾਈ ਜੀ, ਪੈਂਦੀ ਨਾ 2-3 ਵਾਰੀ ਪੈਣੀ ਆ, ਤਾਂ ਕਰਕੇ ਸਰੀ ਦਾ ਜਿਹੜਾ ਮੌਸਮ ਮੰਨਿਆ ਗਿਆ ਸਭ ਤੋਂ ਵਧੀਆ ਮੰਨਿਆ ਗਿਆ ਏ। ਅਤੇ ਖੱਬੇ ਪਾਸੇ ਬਾਈ ਜੀ ਚੈੱਕ ਕਰੋ ਡੰਪ ਟਰੱਕ ਮਿੱਟੀ ਵਾਲਾ ਜਿਹੜਾ ਮੈਂ ਤੁਹਾਨੂੰ ਦਿਖਾਉਣਾ ਹੁੰਦਾ, ਸਕੇਲ ਦਾ ਬਾਈ ਜੀ ਆ ਗਿਆ ਬੋਰਡ ਓਪਨ ਆ ਕੇ ਕਲੋਜ ਆ, ਓਪਨ ਆ ਕੇ ਕਲੋਜ ਆ। ਲਓ ਜੀ ਸਕੇਲ ਆਪਾਂ ਨੂੰ ਹੋਈ ਆ ਕਲੋਜ, ਅਤੇ ਆਪਾਂ ਕਰ ਲਈਏ ਲੈਨ ਚੇਂਜ। ਅਤੇ ਬਾਈ ਜੀ ਹੁਣ ਆਪਾਂ ਨੂੰ ਸਕੇਲ 'ਤੇ ਜਾਣ ਦੀ ਲੋੜ ਨਹੀਂ ਹੈਗੀ, ਜੇ ਆਪਾਂ ਨੂੰ ਸਕੇਲ ਓਪਨ ਦਾ ਸੈਨ ਹੁੰਦਾ ਫਿਰ ਬਾਈ ਜੀ ਆਪਾਂ ਨੂੰ ਸਕੇਲ 'ਤੇ ਟਰੱਕ ਲੈ ਕੇ ਜਾਣਾ ਪੈਣਾ ਸੀਗਾ। ਅਤੇ ਆ ਜਿਹੜੀ ਖੱਬੇ ਪਾਸੇ ਬਾਈ ਜੀ ਇੱਕ ਬੱਟ ਜੀ ਦੇਖਦੇ ਪਏ ਨਾ, ਜਿਹੜਾ ਬੰਨੀ ਜੀ ਆਪਾਂ ਕਹਿ ਸਕਦੇ ਹਾਂ ਨਾ, ਇਹ ਬਾਈ ਜੀ ਦਿਨੇ ਹੁਣ ਜਿਵੇਂ ਇੱਧਰ 3 ਲੈਣਾ ਚੱਲਦੀਆਂ, 1-2-3 ਚੱਲਦੀਆਂ ਨਾ, ਪਰਲੇ ਪਾਸੇ 4 ਲੈਣਾ ਚੱਲਦੀਆਂ,
ਕਿਉਂਕਿ ਹੁਣ ਮੋਰਨਿੰਗ ਦਾ ਟਾਈਮ ਆ, ਵੈਨਕੂਵਰ ਨੂੰ ਟ੍ਰੈਫਿਕ ਜਾਂਦਾ ਪਿਆ। ਮੁੜ ਕੇ ਇਹਨੂੰ ਚੱਕ ਕੇ ਬਾਈ ਜੀ ਸ਼ਾਮ ਨੂੰ 3 ਵਜੇ ਤੋਂ ਬਾਅਦ ਇੱਧਰ 4 ਲੈਣਾ ਬਣਾ ਦੇਣੀਆਂ, ਪਰਲੇ ਪਾਸੇ 3 ਕਰ ਦੇਣਾ। ਉਹ ਕਰਦੀ ਹੈ ਜੀ, ਇੱਥੇ ਇੱਕ ਬੱਸ ਖੜ੍ਹੀ ਮਿਲੂਗੀ ਆਪਾਂ ਨੂੰ, ਖੱਟੇ ਰੰਗ ਦੀ, ਖੱਬੇ ਪਾਸੇ ਚੈੱਕ ਕਰੋ, ਇਹ ਖੱਟੇ ਰੰਗ ਦੀ ਬੱਸ ਖੜ੍ਹੀ ਹੈ, ਦੇਖੋ ਇਹ ਆਹ ਜਿਹੜੀ ਪੁਲ ਦੇ ਥੱਲੇ ਆਹ ਜਿਹੜੀ ਖੜ੍ਹੀ ਹੈ ਬਾਈ ਜੀ, ਇਹ ਲੈਨ ਚੇਂਜ ਕਰਨ ਦਾ ਕੰਮ ਕਰਦੀ ਹੈ। ਤੜਕਿਓਂ ਕਿਉਂਕਿ ਟ੍ਰੈਫਿਕ ਵੱਧ ਜਾਣਾ, 4 ਲੈਣਾ ਉੱਧਰ ਕਰ ਦਿੰਦੇ ਆ ਅਤੇ ਸ਼ਾਮ ਨੂੰ 4 ਲੈਣਾ ਇੱਧਰ ਬਣਾ ਦਿੰਦੇ, 3 ਵਜੇ ਲੈਨ ਚੇਂਜ ਕਰ ਦਿੰਦੇ ਉੱਧਰੋਂ, ਫਿਰ ਰਾਤ ਵੇਲੇ ਕਰਦੇ ਹੈਗੇ ਤੜਕੇ ਜਦੋਂ ਟ੍ਰੈਫਿਕ ਜਾਣਾ। ਚਲੋ ਬਾਈ ਜੀ ਆਪਾਂ ਚੱਲਦੇ ਹਾਂ ਹੁਣ ਅੱਗੇ, ਅਤੇ ਮੌਸਮ ਚੈੱਕ ਕਰੋ ਬਾਈ ਜੀ ਕਿੱਦਾਂ ਦਾ ਹੈਗਾ ਮੌਸਮ। ਬਾਈ ਜੀ ਮੀਂਹ ਵਾਲਾ ਮੌਸਮ ਹੋਇਆ ਪਿਆ ਅਤੇ ਹਜੇ ਤੱਕ ਤਾਂ ਠੀਕ ਆ, ਅਤੇ ਬਾਕੀ ਦੇਖਦੇ ਹਾਂ ਗਾਂਹ ਪੈਣ ਨਾ ਲੱਗ ਜੇ, ਕਿਉਂਕਿ ਬਾਈ ਜੀ ਪਹਾੜੀ ਏਰੀਆ, ਪਤਾ ਕੋਈ ਨਹੀਂ ਹੈਗਾ ਕਦੋਂ ਮੀਂਹ ਪੈਣ ਲੱਗ ਜਾਣਾ ਇੱਥੇ, ਕਿਉਂਕਿ ਮੌਸਮ ਇੱਦਾਂ ਹੀ ਰਹਿੰਦਾ ਬਾਈ ਕਿਤੇ ਮੀਂਹ। ਸੱਜਣੋ ਮਾੜਾ ਜਿਹਾ ਤੁਹਾਨੂੰ ਈ ਬੁੱਕ ਬਾਰੇ ਦੱਸਦੇ ਹਾਂ, ਜਿਹਨੂੰ ਆਪਾਂ ਇਲੈਕਟ੍ਰੋਨਿਕ ਬੁੱਕ ਕਹਿੰਦੇ ਹਾਂ, ਜਿੱਦਾਂ ਹੁਣ ਚੱਲਦੀਆਂ ਇੱਥੇ ਕਨੇਡਾ ਅਮੈਰੀਕਾ ਦੇ ਵਿੱਚ। ਆਪਾਂ ਜੀ ਹੁਣ ਮਾਰ ਕੇ ਆਏ ਸੀ, 36 ਘੰਟੇ ਆਪਾਂ ਨੂੰ ਰੋਕਣਾ ਪੈਂਦਾ ਹੁਣ, ਟਰੱਕ ਆਪਾਂ ਚਲੋ 40 ਘੰਟੇ ਰੋਕ ਕੇ ਆਉਂਦਾ ਹੁਣ, ਅਤੇ ਆਪਾਂ ਨੂੰ ਬਿਲਕੁਲ ਫਰੈਸ਼ ਬੁੱਕ ਮਿਲੀ ਆ ਬਾਈ ਜੀ ਇੱਦਾਂ ਦੀ। ਜਿਹੜਾ ਸਾਈਕਲ ਹੁੰਦਾ ਟੋਟਲ ਇਹ ਹਫ਼ਤੇ ਦਾ ਹੁੰਦਾ, 70 ਘੰਟੇ ਜਦੋਂ ਆਪਾਂ ਟਰੱਕ ਚਲਾ ਲਿਆ ਤਾਂ ਆਪਾਂ ਨੂੰ 36 ਘੰਟੇ ਟਰੱਕ ਰੋਕਣਾ ਪੈਣਾ। ਜਿਵੇਂ ਹੁਣ ਆਪਾਂ 40 ਘੰਟੇ ਰੋਕਤਾ ਟਰੱਕ, ਠੀਕ ਆ, ਅਤੇ ਆਪਾਂ ਨੂੰ ਫਰੈਸ਼ ਦੁਬਾਰਾ ਸਾਰਾ ਕੁਛ ਦੁਬਾਰਾ ਫਿਰ ਮਿਲ ਜਾਣਾ। ਹੁਣ ਜਿੱਦਾਂ ਆਪਾਂ ਹੁਣ 36 ਹੁੰਦਾ, ਆਪਾਂ 40 ਘੰਟੇ ਚਲੋ ਘਰ ਰਹਿ ਕੇ ਆਏ ਹਾਂ, ਅਤੇ ਆਪਾਂ ਨੂੰ 70 ਘੰਟੇ ਚਲਾਉਣ ਨੂੰ ਦੁਬਾਰਾ ਫਿਰ ਮਿਲ ਗਏ। ਜਦੋਂ ਆਪਾਂ ਇਹ ਚਲਾ ਲਏ 70 ਘੰਟੇ ਟਰੱਕ ਹਫ਼ਤੇ ਦੇ ਵਿੱਚ, ਤਾਂ ਆਪਾਂ ਨੂੰ 36 ਘੰਟੇ ਫਿਰ ਟਰੱਕ ਰੋਕਣਾ ਪੈਣਾ, ਫਿਰ ਦੁਬਾਰਾ ਇੱਦਾਂ ਮਿਲੂਗਾ, ਠੀਕ ਹੈ ਜੀ। ਇਹ ਤਾਂ ਹੋ ਗਿਆ ਆਪਣੇ ਹਫ਼ਤੇ ਦਾ ਸਾਈਕਲ ਹੁੰਦਾ। ਆਹ ਆ ਗਿਆ ਜੀ ਡਰਾਈਵਿੰਗ। ਡਰਾਈਵਿੰਗ ਦਾ ਮਤਲਬ ਹੈਗਾ ਅੱਜ ਜਦੋਂ ਮੈਂ ਹੁਣ ਬੁੱਕ ਸਟਾਰਟ ਕਰਨੀ ਆ ਤਾਂ 13 ਘੰਟੇ ਟਰੱਕ ਮੈਂ ਚਲਾ ਸਕਦਾ, 13 ਘੰਟਿਆਂ ਤੋਂ ਵੱਧ ਬਾਈ ਜੀ ਮੈਂ ਟਰੱਕ ਨਹੀਂ ਚਲਾ ਸਕਦਾ, ਠੀਕ ਹੈ ਜੀ। ਅਤੇ ਆਪਾਂ ਬੁੱਕ ਲੱਗੇ ਹਾਂ ਸਟਾਰਟ ਕਰਨ ਇੱਥੋਂ। ਲਓ ਜੀ ਔਨ ਡਿਊਟੀ 'ਚ ਪਾ ਦਈਏ ਹੁਣ ਟਰੱਕ ਵਗੈਰਾ, ਆਪਾਂ ਚੈੱਕ ਕਰਨਾ ਪ੍ਰੀ ਟ੍ਰਿਪ ਵੀ ਟਰੱਕ ਹੁਣ ਆਪਾਂ ਚੈੱਕ ਕਰਨਾ, ਸਾਰੀਆਂ ਲਾਈਟਾਂ ਲੂਟਾਂ ਟਾਇਰ ਟੂਰ ਔਨ ਕਰਤਾ, ਅਤੇ ਇੱਥੋਂ ਟਾਈਮ ਦੇਖੋ 1 ਮਿੰਟ ਆਪਣਾ ਕੱਟਿਆ ਵੀ ਗਿਆ, ਠੀਕ ਹੈ ਜੀ। ਤਾਂ ਆਪਾਂ 13 ਘੰਟੇ ਹੁਣ ਆਪਣਾ ਜਦੋਂ ਟਰੱਕ ਤੋਰਾਂਗੇ ਤਾਂ ਆਪਣਾ ਜਿਹੜਾ ਹੈਗਾ ਬਾਈ ਜੀ ਬੁੱਕ ਚੱਲ ਪੈਣੀ ਆ। ਬੁੱਕ ਇੱਕ ਹਿਸਾਬ ਨਾਲ ਚੱਲ ਪਈ ਇਹ ਔਨ ਡਿਊਟੀ ਦਾ, 13 ਘੰਟੇ ਚਲਾਉਣ ਨੂੰ, ਅਤੇ 1 ਘੰਟਾ ਜਿਹੜਾ 14ਵਾਂ ਘੰਟਾ ਆ ਦੇਖੋ ਇਹਦੇ ਵਿੱਚੋਂ ਘਟਿਆ ਨਾ 1 ਮਿੰਟ, ਇਹ ਹੁੰਦਾ 1 ਘੰਟਾ ਆਪਾਂ ਜਿਵੇਂ ਟਰੱਕ ਨੂੰ ਟ੍ਰੇਲਰ ਨੂੰ ਹੁੱਕ ਕਰ ਲਿਆ, ਜਾਂ ਆਪਾਂ ਟਾਇਰ ਚੈੱਕ ਕਰ ਲਏ, ਜਾਂ ਆਪਾਂ ਤੇਲ ਭਰਾਉਣਾ, 1 ਘੰਟਾ ਆਪਾਂ ਨੂੰ ਉਹਦਾ ਮਿਲਦਾ ਹੁੰਦਾ। ਇਹ 13 ਘੰਟੇ ਆਪਣੇ ਸਿਰਫ ਚਲਾਉਣ ਚਲਾਉਂਦੇ ਆ, ਜਿਹੜਾ 13 ਦੇਖੋ 14 ਘੰਟੇ ਦਾ ਸਰਕਲ ਸੀਗਾ ਹੈ ਨਾ, 1 ਘੰਟਾ ਇਹਦੇ 1 ਮਿੰਟ ਇਹਦੇ ਵਿੱਚੋਂ ਘਟਿਆ ਜਿਹੜਾ ਇੱਧਰ ਚੱਲਿਆ। ਅਤੇ ਇਹ ਹੈਗਾ ਬਾਈ ਜੀ ਤੇਲ ਭਰਾਉਣਾ, ਜਿੱਦਾਂ ਹੁਣ ਆਪਾਂ ਟਰੱਕ ਚੈੱਕ ਕਰਨਾ ਹੁੱਕ ਕਰਨਾ ਹੈ ਨਾ, ਸਾਰਾ ਉਹਦੇ ਵਿੱਚੋਂ ਚੱਲੂਗਾ। ਅਤੇ ਇਹ ਜਦੋਂ ਖਤਮ ਹੋ ਗਿਆ ਆਹ 69 ਦੇਖੋ 1 ਮਿੰਟ ਇੱਧਰੋਂ ਕੱਟਿਆ ਗਿਆ ਨਾ, ਜਦੋਂ 70 ਘੰਟੇ ਚਲਾ ਲਏ ਹਫ਼ਤੇ ਦੇ ਵਿੱਚ ਆਪਾਂ ਨੂੰ 36 ਘੰਟੇ ਫਿਰ ਰੁਕਣਾ ਪੈਣਾ। ਅਤੇ ਟਰੱਕ ਚੱਲਦਾ ਬਾਈ ਜੀ ਆਹ ਹੁੰਦੀ ਆ ਡੱਬੀ ਜੀ ਆਪਣੀ, ਜਿਹੜੀ ਕੰਪਨੀ ਹੈਗੀ ਆ ਸਿਮ ਸੈਰਾ ਦੀ ਆ। ਇਹ ਜਦੋਂ ਹੁਣ ਟਰੱਕ ਆਪਣਾ ਤੋਰ ਲਿਆ, ਇਹ ਸੈਟੇਲਾਈਟ ਨਾਲ ਕਨੈਕਟ ਆ ਬਾਈ ਜੀ, ਅਤੇ ਨਾਲ ਹੈਗੀ ਇਹ ਆਪਣੀ ਇੰਜਣ ਜਿਹੜਾ ਹੁੰਦਾ ਏ ਉਹਦੇ ਨਾਲ, ਜਦੋਂ ਆਪਣਾ ਮੀਟਰ ਟਰੱਕ ਦਾ ਤੁਰਨਾ ਏ ਅਤੇ ਆਟੋਮੈਟਿਕ ਬੁੱਕ ਡਰਾਈਵ 'ਚ ਪੈ ਜਾਣੀ ਆ, ਤਾਂ ਕਹਿ ਦਿੰਦਾ ਵੀ ਇਲੈਕਟ੍ਰੋਨਿਕ ਬੁੱਕਾਂ ਇਹ। ਅਤੇ ਬਾਈ ਜੀ ਆਪਾਂ ਮਾਰ ਲਈਏ PTI ਅਤੇ ਮਿਲਦੇ ਹਾਂ ਫਿਰ। ਸੱਜਣੋ ਟ੍ਰੇਲਰ ਪਛਾਣਦੇ ਹੋ, ਇਹ ਪਿਛਲੀ ਵੀਡੀਓ ਵਾਲਾ ਵੀ ਟ੍ਰੇਲਰ ਆ। ਅਤੇ ਬਾਈ ਮੌਸਮ ਦਾ ਚੈਜ ਕਰੀਏ ਨਾ ਗੱਲ, ਕਿੰਨਾ ਵਧੀਆ ਮੌਸਮ ਸੀਗਾ, ਅਤੇ ਦੇਖੋ ਮੀਂਹ ਪੈਣ ਲੱਗ ਗਿਆ, ਬੁਰੇ ਹਾਲ ਹੋ ਗਏ ਆ। ਆਹ ਪਿਛਲੀ ਵੀਡੀਓ ਵਾਲਾ ਟ੍ਰੇਲਰ ਆ। ਅਤੇ ਬਾਈ ਜੀ ਆਪਾਂ ਇੰਡੀਕੇਟਰ ਵਗੈਰਾ ਚੈੱਕ ਕਰਦੇ ਹਾਂ, ਟਰੱਕ ਜਾਂ ਆਪਣੇ ਫੰਕਸ਼ਨ ਹੈਗਾ ਇਹ, ਅਤੇ ਆਟੋਮੈਟਿਕ ਚੈੱਕ ਕਰਾਊਗਾ, ਉਹ ਵੀ ਜਾਗਦਾ ਏ। ਆਹ ਹੁਣ ਟਾਇਰ ਤਾਂ ਆਪਾਂ ਚੈੱਕ ਕਰ ਲਈਏ, ਓਕੇ ਆ ਬਾਈ।
ਅਤੇ ਆਹ ਚੀਜ਼ ਬਾਈ ਕਮੈਂਟ ਕਰਕੇ ਦੱਸਿਓ, ਮੈਂ ਕਿੰਨੀਆਂ ਵੀਡੀਓ ਦੇ ਵਿੱਚ ਦੱਸੀ ਵੀ ਇਹ ਕਾਹਦੇ ਵਾਸਤੇ ਆ, ਅਤੇ ਇੱਕ ਆਹ ਕਾਹਦੇ ਵਾਸਤੇ ਆ, ਆਹ ਪਾਈਪਾਂ ਕਾਹਦੇ ਵਾਸਤੇ ਆ। ਜੇ ਕਿਸੇ ਨੂੰ ਨਹੀਂ ਪਤਾ ਹੈਗਾ ਤਾਂ ਕਮੈਂਟ ਕਰ ਦਿਓ। ਅਤੇ ਥੱਲੇ ਵੜ ਕੇ ਹੁਣ ਆਪਾਂ ਚੈੱਕ ਕਰਨੇ ਬਾਈ ਜੀ, ਜਿੱਦਾਂ ਆਪਣੇ ਸ਼ੌਕਰ ਹੁੰਦੇ ਨਾ, ਇੱਥੇ ਸ਼ੌਕਰ ਨਹੀਂ ਚੱਲਦੇ, ਇੱਥੇ ਚੱਲਦੇ ਆ ਏਅਰ ਬੈਗ। ਇਹ 'ਚ ਵੀ ਹਵਾ ਹੈਗੀ ਆ, ਇਹ 'ਚ ਵੀ ਹੈਗਾ, ਚੈੱਕ ਕਰਨੇ ਪੈਂਦੇ ਆ। ਕਈ ਵਾਰ ਹਵਾ ਇਹਨਾਂ ਦੇ ਵਿੱਚ ਆਉਂਦੀ ਨਹੀਂ, ਸ਼ੌਕਰ ਛੋਟੇ ਲੱਗੇ ਦੇਖੋ ਜਿੱਦਾਂ ਮੋਟਰਸਾਈਕਲ ਦੇ ਹੁੰਦੇ ਆ, ਪਰ ਮੇਨ ਜਿਹੜਾ ਕੰਮ ਹੈਗਾ ਇਹਨਾਂ ਦਾ ਬਾਈ ਏਅਰ ਬੈਗਾਂ ਦਾ। ਅਤੇ ਇੰਨਾ ਲੰਮਾ ਬਾਈ ਜੀ ਇਹ ਹੈਗਾ ਟ੍ਰੇਲਰ, ਦੇਖੋ ਉਹ ਤੱਕ ਆਹ ਹੁੰਦਾ ਇਹ ਸਟਿੱਪਣੀ ਰੱਖਣ ਨਾਲ, ਕਈਆਂ ਦੇ ਰੱਖੀ ਹੁੰਦੀ ਆ, ਕਈਆਂ ਦੀ ਲੋੜ ਨਹੀਂ ਹੈਗੀ। ਇਹਨਾਂ ਦੇ ਬੋਕਸ ਬਣਿਆ ਪਰ ਰੱਖੀ ਨਹੀਂ ਹੈਗੀ, ਆਏ ਹਾਏ। ਅਤੇ ਜਿਹੜੇ ਆ ਟਾਇਰ ਹੁੰਦੇ ਆ 41 ਫੁੱਟ ਦੇ ਵਿੱਚ ਹੋਣੇ ਚਾਹੀਦੇ, ਜਿਹੜੀ ਪ੍ਰੋਵਿੰਸ 'ਚ ਆਪਾਂ ਫਿਰਦੇ ਹਾਂ BC ਦੇ ਵਿੱਚ, ਇਹ ਰੂਲ ਆ ਬਾਈ ਜੀ ਇੱਥੋਂ ਦਾ। ਠੀਕ ਆ, ਲਾਈਟਾਂ ਚੈੱਕ ਕਰੋ, ਬ੍ਰੇਕ ਲਾਈਟਾਂ ਜ਼ਰੂਰੀ ਆ ਜਾਗਦੀਆਂ, ਲੈਫਟ ਵਾਲਾ ਇੰਡੀਕੇਟਰ ਵੀ ਜਾਗਦਾ, ਰਾਈਟ ਵਾਲਾ ਵੀ ਜਾਗਦਾ, ਹੁਣ ਫਿਰ ਬ੍ਰੇਕ ਲਾਈਟਾਂ ਜਗਣੀਆਂ, ਐਂ ਓਕੇ ਆ। ਤਾਂ ਵਾਲੀਆਂ ਮਾਰਕ ਲਾਈਟਾਂ ਇਹ ਵੀ ਜਾਗਦੀਆਂ, ਇਹ ਜ਼ਰੂਰੀ ਆ ਬਾਈ ਜੀ, ਨਹੀਂ ਤਾਂ ਤੁਹਾਨੂੰ ਟੈਕਟ ਆ ਜੇ ਕੋਈ ਵੀ ਲਾਈਟ ਤੁਹਾਡੀ ਨਹੀਂ ਜਾਗਦੀ। ਆਪਣੇ ਟਰੱਕ ਦੇ ਵਿੱਚ ਆਟੋ ਸਿਸਟਮ ਹੈਗਾ ਏ, ਉਹਦੇ ਨਾਲ ਚੈੱਕ ਹੋ ਜਾਂਦੇ ਆ ਵਾਰ ਵਾਰ, ਉੱਧਰੋਂ ਮੂਹਰਿਓ ਛੱਡ ਕੇ ਦੇਖਣ ਦੀ ਲੋੜ ਨਹੀਂ ਪੈਂਦੀ, ਹੁਣ ਉਹ ਇੰਡੀਕੇਟਰ ਵੀ ਚੈੱਕ ਹੋਊਗਾ। ਦੇਖਿਓ ਹੁਣ ਬੁਝਿਆ ਵਾ ਜੇ ਜਾ, ਉਹ ਜਾਗ ਪਿਆ, ਸਾਰਾ ਕੁਛ ਓਕੇ ਆ ਬਾਈ ਜੀ, ਆਪਣਾ ਡਨ ਆ, ਟਾਇਰ ਟੂਰ ਓਕੇ ਆ, ਅਤੇ ਆਪਾਂ ਚੱਲ ਪਿਆ। ਆਪਾਂ ਬਾਈ ਜੀ ਹਮੇਸ਼ਾ ਇੱਧਰ ਦੀ ਚੜ੍ਹਦੇ ਹਾਂ, ਤੁਸੀਂ ਦੇਖਿਆ ਹੁਣ ਦੇਖੋ ਗਾਰਾ ਬਣਿਆ ਪਿਆ ਨਾ, ਤਾਂ ਉੱਧਰ ਬਾਈ ਜੀ ਆਪਣੀ ਸਫਾਈ ਰਹਿੰਦੀ ਆਲਵੇਜ਼। ਇੱਥੇ ਆਪਾਂ ਆਹ ਵੀ ਮੇਰੇ ਸਲੀਪਰ ਬਾਈ ਜਾਣ ਕੇ ਲਏ ਵਿਆ, ਇਹ ਪਾਉਣੇ ਕਰਨੇ, ਕਿਉਂਕਿ ਮੈਨੂੰ ਬਹੁਤ ਵਾਰੀ ਉਤਰਨਾ ਪੈਂਦਾ, ਚੜ੍ਹਨਾ ਪੈਂਦਾ, ਕਿਉਂਕਿ ਡਿਲੀਵਰੀਆਂ ਮੇਰੇ ਕੋਲ 6-7 ਆ ਫਿਰ ਟ੍ਰੇਲਰ ਦੇ ਵਿੱਚ। ਤਾਂ ਮੈਂ ਉੱਧਰ ਦੇਖੋ ਆਪਣਾ ਐਨ ਸਾਫ਼ ਸਫਾਈ ਆ ਰਹਿੰਦਾ ਬਾਈ ਜੀ, ਆਪਾਂ ਨੂੰ ਸ਼ੌਂਕ ਆ ਇਹ ਚੀਜ਼ ਦਾ, ਇੱਧਰ ਦੀ ਉਤਰਨਾ ਤਾਂ ਔਖਾ ਲੱਗਦਾ, ਪਰ ਬਾਈ ਜੀ ਆਪਾਂ ਸਲੀਪਰ ਤਾਂ ਲਿਆ ਬਾਈ ਜੀ, ਲਾਉਣੇ ਪਾਉਣੇ ਸੌਖੇ, ਇੱਦਾਂ ਹੀ ਪੈ ਜਾਂਦੇ ਆ, ਹੱਥ ਲਾਉਣ ਦੀ ਲੋੜ ਨਹੀਂ ਪੈਂਦੀ। ਚਲੋ ਬਾਈ ਜੀ ਚੱਲਦੇ ਹਾਂ, ਅਤੇ GPS 'ਚ ਪਾਲ ਗਏ ਆਪਾਂ ਐਡਰੈਸ, ਅਤੇ ਫਿਰ ਆਪਾਂ ਚੱਲਦੇ ਹਾਂ ਦਿਖਾਉਣਾ GPS ਦੇ ਵਿੱਚ ਵੀ ਕਿੱਦਾਂ ਐਡਰੈਸ ਪੈਂਦਾ। ਰੁਕ ਜੇ ਇੱਕ ਮਿੰਟ, ਵਾਹਿਗੁਰੂ, ਮੀਂਹ ਦੇਖੋ, ਆਏ ਹਾਏ ਹਾਏ, ਮੀਂਹ ਨਹੀਂ ਕਰਦਾ ਬੁਰਾ ਹਾਲ। ਲਓ ਜੀ ਜਿੱਦਾਂ ਆਪਾਂ ਗੂਗਲ ਮੈਪ 'ਚ ਪਾਉਂਦੇ ਹਾਂ ਬਾਈ ਜੀ, ਸਿੱਧਾ ਐਡਰੈਸ ਨਹੀਂ ਪੈਂਦਾ ਇਹਦੇ ਵਿੱਚ, ਇਹਦੇ ਵਿੱਚ ਪੈਂਦਾ ਵੇਅਰ ਟੂ ਡੂ ਗੋ, ਆਪਾਂ ਜਾਣਾ ਹੈਗਾ ਬਾਈ ਜੀ ਕੈਲਗਰੀ, ਇਹ ਡਿਫਰੈਂਟ ਸਿਟੀ। ਲਓ ਜੀ ਕੈਲਗਰੀ ਪਾਤਾ ਆਪਾਂ, ਕੈਲਗਰੀ, ਠੀਕ ਆ ਜੀ, ਲਓ ਜੀ ਕੈਲਗਰੀ ਪਾਤਾ, ਆਹ ਪਾਤਾ ਜੀ ਕੈਲਗਰੀ। ਫਿਰ ਇੱਥੇ ਦੁਬਾਰਾ ਫਿਰ ਜਿਹੜੇ ਐਡਰੈਸ 'ਤੇ ਜਾਣਾ ਆਪਾਂ ਤਾਂ ਵੈਸੇ ਹੀ ਪਾ ਦੇਣਾ, ਆਪਾਂ ਕੋਈ ਐਡਰੈਸ ਜ਼ਰੂਰੀ ਨਹੀਂ ਹੈਗਾ, ਵੈਸੇ ਆਪਾਂ ਪਾ ਲਈ ਦੇ ਰਾਹ ਦੇ ਵਿੱਚ ਨਾ ਸਪੀਡ ਦਾ ਪਤਾ ਲੱਗਦਾ ਰਹਿੰਦਾ, ਫਿਰ ਊਈਂ ਪਾ ਦਿੰਦੇ ਆਪਾਂ ਕੋਈ ਵੀ ਲੋਕੇਸ਼ਨ ਕੈਲਗਰੀ ਦੇ ਵਿੱਚ। ਅਤੇ ਲਓ ਜੀ ਕਰਤਾ ਆਪਾਂ ਡਨ, ਇੱਥੇ ਕੈਲਕੂਲੇਟ ਕਰੂਗਾ ਬਾਈ ਜੀ ਸਾਰਾ ਕੁਛ ਟਾਈਮ, ਇਹ ਸੈਟੇਲਾਈਟ ਨਾਲ ਕਨੈਕਟ ਆ ਬਾਈ ਜੀ, ਜਿੱਥੇ ਨੈੱਟਵਰਕ ਵੀ ਨਹੀਂ ਆਉਂਦਾ ਉੱਥੇ ਵੀ ਤੁਹਾਡਾ ਚੱਲੂਗਾ ਇਹ, ਠੀਕ ਆ ਜੀ। ਇਹਨੇ ਕੈਲਕੂਲੇਟ ਕਰਕੇ ਦੱਸਤਾ ਜੀ, ਰੈਡੀ ਟੂ ਨੈਵੀਗੇਟ, ਰਾਤ ਦੇ 9:32 'ਤੇ ਪਹੁੰਚਣਾ ਆਪਾਂ ਨੂੰ, 3 ਘੰਟੇ ਉੱਤੇ ਲੈ ਕੇ ਚੱਲਦਾ ਹੁੰਦਾ ਮੈਂ, 10:30, 11:30, 12:30 ਬਾਈ ਜੀ ਪਹੁੰਚਣਾ, ਅਤੇ ਆਹ ਤੁਹਾਨੂੰ ਦੱਸੀ ਜਾਣਾ ਵੀ ਕਿੰਨੇ ਕਿਲੋਮੀਟਰ 'ਤੇ ਤੁਹਾਨੂੰ ਹਿੱਲ ਪੈਣੀ ਆ, ਕੀ ਹਿਸਾਬ ਕਿਤਾਬ ਆ, ਹੈ ਨਾ। ਇਹ ਆਪਾਂ ਚੇਂਜ ਵੀ ਕਰ ਸਕਦੇ ਹਾਂ ਜੇ ਚੇਂਜ ਕਰਨਾ ਹੈਗਾ ਤਾਂ, ਇੱਥੋਂ ਆਪਾਂ ਸਿਟੀ ਅਪ ਹੈੱਡ ਕੁਛ ਵੀ ਕਰ ਸਕਦੇ ਹਾਂ। ਜਿੱਡਾ ਰੈੱਡ ਲਾਈਟ 11 ਕਿਲੋਮੀਟਰ 'ਤੇ ਆ, ਆਪਾਂ ਪਾਉਂਦੇ ਹਾਂ ਬਾਈ ਜੀ ਸਿਟੀ ਕਿਹੜੀ ਕਿਹੜੀ ਹੋਣੀ ਅੱਗੇ। ਲਓ ਜੀ ਆ ਜੀ ਸਰੀ, ਲੈਂਗਲੀ, ਐਵਸਪੋਰਟ, 9 ਕਿਲੋਮੀਟਰ 'ਤੇ ਸਾਰਾ ਸਿਸਟਮ। ਅਤੇ ਇਹ ਬਾਈ ਜੀ ਆਪਾਂ ਨੂੰ ਕਿਲੋਮੀਟਰ ਪੈਣੇ ਆ 946, ਸਰੀ ਤੋਂ ਬਾਈ ਜੀ 946 ਕਿਲੋਮੀਟਰ ਆਪਾਂ ਨੂੰ ਕੈਲਗਰੀ ਬਣਨਾ, ਠੀਕ ਆ, 946 ਕਿਲੋਮੀਟਰ। ਅਤੇ ਇੱਥੇ ਬਾਟ ਬਹੁਤ ਨਿਬੜਦੀ ਹੈ, ਅਤੇ ਅੱਜ ਹੀ ਆਪਾਂ ਨਿਬੇੜ ਦੇਣਾ ਇਹ ਟਾਈਮ ਨਾਲ ਕੰਮ। ਅਤੇ ਜੇ ਇਹ ਹੁਣ ਤਾਂ ਰੋਡ ਇੰਡੀਆ ਦੇ ਵਿੱਚ ਵਧੀਆ ਬਣ ਗਏ, ਪਰ ਅੱਗੇ ਦਿੱਲੀ ਜਾਣਾ 350 ਕਿਲੋਮੀਟਰ ਪੈਂਦਾ ਜੀ ਸਾਡੇ ਪਿੰਡ ਤੋਂ, ਤਾਂ ਐਂ ਲੱਗਦਾ ਯਾਰ ਦਿੱਲੀ ਜਾ ਰਿਹਾ, ਇੱਥੇ ਬਾਈ ਪਤਾ ਹੀ ਨਹੀਂ 346 ਕਿਲੋਮੀਟਰ, ਆਪਾਂ ਮਿੰਟੋ ਮਿੰਟ ਐਂ ਕੱਢ ਦੇਣਾ। ਅਤੇ ਬਣੇ ਰਹੋ ਬਾਈ ਜੀ ਵੀਡੀਓ 'ਤੇ, ਅਤੇ ਚੱਲਦੇ ਹਾਂ ਫਿਰ ਆਪਾਂ ਅੱਗੇ। Thank you.
ਜੀ ਦੋਸਤੋ ਚੈੱਕ ਕਰੋ ਯਾਰ ਮੀਂਹ ਇੱਥੇ ਨਾ, ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਹੈ ਨਾ ਐਕਸਪਲੇਨ ਕੀਤਾ ਕਿ ਇੰਨਾ ਮੀਂਹ ਇੱਥੇ ਕਾਹਤੋਂ ਪੈਂਦਾ ਹੈ, ਕਿਉਂਕਿ ਬਾਈ ਜੀ ਚੈੱਕ ਕਰਿਓ ਗੂਗਲ ਮੈਪ 'ਤੇ ਬ੍ਰਿਟਿਸ਼ ਕੋਲੰਬੀਆ ਸਰਚ ਮਾਰ ਕੇ ਨਾ, ਇਹਨੂੰ ਸ਼ੋਰਟ ਫਾਰਮ ਦੇ 'ਚ ਬੀ ਸੀ ਵੀ ਕਹਿ ਦਿੰਦੇ ਆ। ਸਾਰਾ ਪਹਾੜੀ ਏਰੀਆ ਬਾਈ, ਜਿੰਨੀ ਇੱਥੇ ਹਰਿਆਲੀ ਹੈਗੀ ਆ ਹੋਰ ਕਿਤੇ ਵੀ ਹਰਿਆਲੀ ਨਹੀਂ ਹੈਗੀ। ਅਤੇ ਆਪਾਂ ਇਸ ਟਾਈਮ ਫਿਰਦੇ ਹਾਂ ਸਰੀ ਦੇ ਵਿੱਚ ਨਿਕਲਣ ਲੱਗਿਆ ਬਾਈ ਜੀ ਕੈਲਗਰੀ ਨੂੰ, ਅਤੇ ਕੈਲਗਰੀ ਗਰੀਨਰੀ ਚੈੱਕ ਕਰਿਓ ਵੀ ਕਿੰਨੇ ਕੁ ਦਰਖਤ ਲੱਗੇ ਆ, ਅਤੇ ਬਾਈ ਜੀ ਇੱਥੇ ਸਰੀ ਵਿੱਚ ਚੈੱਕ ਕਰੋ ਕਿੰਨੇ ਕੁ ਲੱਗੇ ਆ। ਇੱਕ ਪਾਸੇ ਇੱਥੇ ਸਮੁੰਦਰ ਆ, ਇੱਕ ਪਾਸੇ ਪਹਾੜ ਆ ਬਾਈ ਜੀ, ਉੱਥੋਂ ਬੱਦਲ ਉੱਠ ਕੇ ਨਾ ਟਕਰਾ ਕੇ ਬਸ ਇੰਨਾ ਇੰਨਾ ਮਾੜਾ ਮੋਟਾ ਮੀਂਹ ਜਿਹਾ ਬਸ ਪੈਂਦਾ ਹੀ ਰਹਿੰਦਾ, 24 ਘੰਟੇ ਵਾਲਾ ਕੰਮ ਹੀ ਹੋ ਜਾਣਾ ਹੁਣ ਕਿਉਂਕਿ ਮੌਸਮ ਚੇਂਜ ਹੋ ਚੁੱਕਿਆ ਏ। ਅਤੇ ਬਾਕੀ ਬਾਈ ਜੀ ਚੈੱਕ ਕਰੋ ਰੋਡ ਚੈੱਕ ਕਰੋ ਅਤੇ ਗਰੀਨਰੀ ਚੈੱਕ ਕਰੋ ਬਾਈ ਜੀ, ਇੰਨੇ ਦਰਖਤ ਜਿਹੜੇ ਹੈਗੇ ਆ। ਅਤੇ ਬਾਈ ਜੀ ਮੌਸਮ ਤਾਂ ਉਹਦੇ ਕਹਿਣ ਆਪੀ ਵੈਦਰ ਤਾਂ ਸਾਫ਼ ਹੋਣਾ ਹੈ ਨਾ, ਜਾਂ ਮੰਨ ਕੇ ਚਲੋ ਪਿਓਰ ਆਕਸੀਜਨ ਜਿਹੜੀ ਮਿਲਦੀ ਆ ਕਿਉਂਕਿ ਦਰੱਖਤਾਂ ਤੋਂ ਹੀ ਆਪਾਂ ਨੂੰ ਮਿਲਦੀਆਂ। ਅਤੇ ਬਾਈ ਜੀ ਦਰੱਖਤ ਚੈੱਕ ਕਰੋ, ਮੈਂ ਕਹਿੰਦਾ ਜੇ ਕੰਪੇਅਰ ਕਰੀਏ ਪੰਜਾਬ ਦੇ ਨਾਲ ਤਾਂ ਬਾਈ ਜੀ ਇੰਨੇ ਦਰੱਖਤ ਦਾ ਮੈਂ ਕਹਿੰਦਾ 5-6 ਸੂਬਿਆਂ ਨੂੰ ਮਿਲਾ ਕੇ ਨਹੀਂ ਬਣੇ ਅਤੇ ਜਿੰਨੇ ਇਕੱਲੇ ਸਰੀ ਦੇ ਵਿੱਚ ਹੈਗੇ ਆ। ਅਤੇ ਚੈੱਕ ਕਰੋ ਬਾਈ ਜੀ, ਬਣੇ ਰਹੋ ਵੀਡੀਓ 'ਤੇ, ਅਤੇ ਬਾਈ ਜੀ ਗੱਲਾਂਬਾਤ ਆਪਾਂ ਕਰਦੇ ਰਹਾਂਗੇ, ਅਤੇ ਜੇ ਬਾਈ ਜੀ ਕੋਈ ਕੁਐਸਚਨ ਹੋਏ ਤਾਂ ਕਮੈਂਟ ਦੇ ਵਿੱਚ ਕਰਕੇ ਬਾਈ ਜੀ ਜ਼ਰੂਰ ਦੱਸਿਓ। ਲਓ ਸੱਜਣੋ, ਤੁਹਾਡੀ ਜਾਣਕਾਰੀ ਵਿੱਚ ਇੱਕ ਹੋਰ ਵਾਧਾ ਕਰਦੇ ਹਾਂ। ਜੇ ਬਾਈ ਜੀ ਜਾਣਕਾਰੀਆਂ ਜਾਂ ਬੋਰਿੰਗ ਲੱਗਦੀਆਂ ਨਾ ਕਮੈਂਟ ਕਰਕੇ ਦੱਸ ਦਿਓ, ਫਿਰ ਆਪਾਂ ਇਹਦਾ ਸਿੱਧੀ ਭਕਾਈ ਵਾਲੇ ਵਲੌਗ ਬਣਾ ਲਿਆ ਕਰਾਂਗੇ। ਮੈਨੂੰ ਐਂ ਹੁੰਦਾ ਚਲੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ, ਹੈ ਨਾ, ਤੁਹਾਨੂੰ ਵੀ ਪਤਾ ਲੱਗੇ। ਆਹ ਜਿਹੜੀ ਖੱਟੇ ਰੰਗ ਦੀ ਬੱਸ ਚੱਲੀ ਨਾ, ਖੱਬੇ ਹੱਥ ਦੇਖੋ ਖੱਬੀ ਲਾਈਨ ਦੇ ਵਿੱਚ, ਇਹਦਾ ਨਾਂ ਹੈਗਾ ਬਾਈ ਜੀ ਹੈਂਡੀ ਡਾਟ ਬੱਸ ਆ ਇਹ। ਅਤੇ ਇਹ ਬਾਈ ਜੀ ਸਪੈਸ਼ਲ ਗੌਰਮੈਂਟਾਂ ਨੇ ਲਾਈ, ਗੌਰਮੈਂਟ ਨੇ ਲਾਈ ਹੋਈ ਆ। ਇਹ ਕਿੰਨਾ ਵਾਸਤੇ ਲਾਈ ਹੋਈ, ਜਿਹੜੇ ਆਪਣੇ ਬਜ਼ੁਰਗ ਆ ਸੀਨੀਅਰ ਕੀ ਹੁੰਦਾ, ਸੋਰੀ ਮੈਨੂੰ ਬਾਲਟ ਨਹੀਂ ਲੈਣਾ ਆ ਰਿਹਾ, ਜੀਭ ਨਹੀਂ ਮੁੜਦੀ ਬਈ। ਇਹ ਬਾਈ ਜੀ ਬਜ਼ੁਰਗਾਂ ਵਾਸਤੇ ਬੱਸ ਗੌਰਮੈਂਟ ਨੇ ਲਾਈ ਹੋਈ ਆ, ਜਿਵੇਂ ਵੀਲ ਚੇਅਰਾਂ 'ਤੇ ਰਹਿੰਦੇ ਆ ਹੈ ਨਾ, ਜਾਂ ਕਿਤੇ ਵੀ ਹੈਗਾ, ਇਹਨਾਂ ਨੂੰ ਕਾਲ ਕਰਕੇ ਬਾਈ ਜੀ ਰਜਿਸਟਰ ਕਰਾ ਦਿਉ ਵੀ ਅਸੀਂ ਸੰਡੇ ਮੰਡੇ ਟਿਊਜ਼ਡੇ ਫਲਾਨੇ ਤੱਕ ਘੁੰਮਣ ਜਾਣਾ। ਇਹ ਬੱਸ ਬਾਈ ਤੁਹਾਨੂੰ ਘਰੋਂ ਚੱਕ ਕੇ ਲੈ ਕੇ ਜਾਊਗੀ, ਆਪ ਡਰਾਈਵਰ ਉੱਤਰ ਕੇ ਵੀਲ ਚੇਅਰ ਜੇ ਤੁਹਾਡੇ ਕੋਲ ਹੈਗੀ ਤਾਂ ਅੰਦਰ ਖੜਾਊਗਾ, ਹੈ ਨਾ। ਵੀ ਟੋਟਲ ਇਹਦੀ ਰਿਸਪੋਂਸੀਬਿਲਟੀ ਆ ਵੀ ਬੱਸ ਵਾਲੀ, ਜਿੱਥੇ ਤੁਸੀਂ ਘੁੰਮਣ ਜਾਣਾ ਹੈ ਤਾਂ ਬਾਈ ਜੀ ਤੁਹਾਨੂੰ ਬੱਸ ਘੁੰਮਾ ਕੇ ਲੈ ਕੇ ਆਊਗੀ, ਫਰੀ ਆਫ ਕੋਸਟ ਗੌਰਮੈਂਟ ਪੇ ਕਰਦੀ ਆ ਬਾਈ ਜੀ। ਇਹ ਗੌਰਮੈਂਟ ਨੇ ਸਹੂਲਤ ਦਿੱਤੀ ਆ। ਅਤੇ ਸੱਜੇ ਪਾਸੇ ਦੇਖੋ ਬਾਈ, ਲਾਲ ਜੈਕਟ ਪਈ ਆ, ਗੋਰਾ ਭੱਜਿਆ ਜਾਂਦਾ, ਸਪੈਸ਼ਲੀ ਭੱਜਣ ਵਾਸਤੇ ਬਣਾਇਆ ਵਾ। ਅਤੇ ਸਿਹਤ ਦਾ ਇੰਨਾ ਖਿਆਲ ਰੱਖਦੇ ਆ, ਇਹਨਾਂ ਨੂੰ ਮੀਂਹ ਵੀ ਮੈਟਰ ਨਹੀਂ ਕਰਦਾ, ਮੀਂਹ ਪੈ ਰਿਹਾ ਨਾ, ਪਰ ਉਹ ਕਹਿੰਦੇ ਅਸੀਂ ਸਿਹਤ ਨੂੰ ਕੋਈ ਖਿਲਵਾੜ ਨਹੀਂ, ਭੱਜ ਕੇ ਆਉਣਾ ਤਾਂ ਭੱਜ ਕੇ ਆਉਣਾ। ਹੁਣ ਕਈ ਕਹਿਣਗੇ ਬਿਮਾਰ ਹੋ ਜਾਣਗੇ, ਬਾਈ ਜੀ ਇਹਨਾਂ ਨੂੰ ਬਿਮਾਰੀਆਂ ਲੱਗਦੀਆਂ ਹੀ ਨਹੀਂ, ਇਹਦਾ ਆਪਣੇ ਮੂੰਹ ਕਿਹੜਾ ਖਾਣਾ, ਆਪਾਂ ਤਾਂ ਪਸ਼ੂਆਂ ਨੂੰ ਖਾਂਦੇ ਹਾਂ, ਚਲੋ ਹੁਣ ਕਹਿਣਾ ਤਾਂ ਨਹੀਂ ਚਾਹੀਦਾ। ਇਹਦਾ ਬਾਈ ਜੀ ਸਿਹਤ ਦਾ ਬਹੁਤ ਖਿਆਲ ਰੱਖਦੇ ਆ ਜੀ। 80 ਸਾਲ ਦੀ ਬੇਬੇ ਨਾ ਇੱਥੇ ਬਿਨਾਂ ਖੂੰਡੀ ਤੋਂ ਤੁਰਦੀ ਆ ਬਾਈ ਜੀ, ਤਾਂ ਗੱਡੀ ਐਂ ਭਜਾਉਂਦੀ ਆ, ਆਪਣਾ ਜੰਗ ਮੁੰਡਾ ਨਹੀਂ ਭਜਾਉਂਦਾ ਗੱਡੀ ਉੱਦਾਂ। ਤਾਂ ਬਾਈ ਸਿਹਤ ਇਹਨਾਂ ਲਈ ਸਾਰਾ ਕੁਛ ਹੈਗਾ, ਆਪਾਂ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਸਿਹਤ ਖਰਾਬ ਕਰ ਲੈਂਦੇ ਹਾਂ, ਮੁੜ ਕੇ ਉਹ ਪੈਸਾ ਕਮਾ ਲੈਂਦੇ ਹਾਂ, ਉਹ ਸਿਹਤ ਨੂੰ ਲੋਟ ਕਰਨ ਦੇ ਬਾਅਦ ਉਹ ਪੈਸਾ ਖਰਚ ਲੈਂਦੇ, ਆਪਣਾ ਇਹ ਸਿਸਟਮ ਆ। ਪਰ ਇਹਨਾਂ ਨੇ ਬਾਈ ਕਮਾਉਣਾ ਵੀ ਓਨਾ ਕੀ ਆ, ਅਤੇ ਬਾਈ ਜੀ ਸਿਹਤ ਨਾਲ ਵੀ ਖਿਆਲ ਪੂਰਾ ਐਨ ਚੰਗੀ ਤਰ੍ਹਾਂ ਰੱਖਦੇ ਆ। ਅਤੇ ਬਾਕੀ ਬਾਈ ਮਾਇੰਡ ਨਾ ਕਰਿਓ, ਜੋ ਸੱਚ ਆ ਤਾਂ ਸੱਚ ਆ। ਅਤੇ ਇੱਕ ਬਾਈ ਜੀ ਜਾਣਕਾਰੀ 'ਚ ਵਾਧਾ ਹੋਰ ਕਰ ਦਿੰਦੇ ਹਾਂ, ਆਹ ਸਾਹਮਣੇ ਆਪਣੇ ਟ੍ਰੇਲਰ ਖੜ੍ਹਾ ਏ, 3 ਲਾਈਟਾਂ ਖੱਬੇ ਪਾਸੇ, 3 ਸੱਜੇ ਪਾਸੇ, ਅਤੇ ਤਾਂ ਵਾਲੇ ਪਾਸੇ ਵੀ ਜਗਦੀਆਂ ਇਹਦੀ, ਠੀਕ ਆ। ਅਤੇ ਜੇ ਮੰਨ ਕੇ ਚਲੋ ਇਹਨਾਂ ਦੇ ਵਿੱਚੋਂ 9 ਲਾਈਟਾਂ ਹੁੰਦੀਆਂ, 7 ਜਾਂ 9 ਤੁਹਾਡੀਆਂ ਮਗਰ ਜਗਣੀਆਂ ਹੀ ਚਾਹੀਦੀਆਂ। ਅਤੇ ਜੇ ਨਹੀਂ ਜਗਦੀਆਂ ਤਾਂ ਸਕੇਲ 'ਤੇ ਤੁਹਾਨੂੰ ਬਾਈ ਇਹਦੀ ਟਿਕਟ ਆ। ਅਤੇ ਹੁਣ ਜਿੱਦਾਂ ਆਪਾਂ ਇੰਡੀਆ 'ਚ ਗੇੜਾ ਮਾਰ ਕੇ ਆਉਂਦਾ ਸੀ, ਉੱਥੇ ਚੈੱਕ ਕੀਤਾ ਬਈ, ਉੱਥੇ ਤਾਂ ਐਂਡੀ ਇੰਡੀਕੇਟਰ ਵੀ ਟੁੱਟ ਨਾ ਜਾਣ, ਹੈ ਨਾ, ਐਂਡ ਲੋਹੇ ਦੇ ਗਰੈਲ ਗਰੂਲ ਲਾ ਕੇ ਕਵਰ ਕੀਤੇ, ਮਗਰ ਦੇ ਬੰਦੇ ਨੂੰ ਤਾਂ ਪਤਾ ਨਹੀਂ ਲੱਗਦਾ ਵੀ ਲਾਈਟ ਜਗਦੀ ਪਈ ਆ। ਅਤੇ ਰਾਤ ਦੇ ਵਿੱਚ ਬਾਈ ਜੀ ਬਹੁਤ ਫਾਇਦੇਮੰਦ ਆ, ਕਿਉਂਕਿ ਐਕਸੀਡੈਂਟ ਨਹੀਂ ਹੁੰਦੇ, ਦੂਰੋਂ ਪਤਾ ਲੱਗਦਾ ਵੀ ਕੋਈ ਚੀਜ਼ ਮੂਹਰੇ ਜਾਂਦੀ ਆ, ਤਾਂ ਕਰਕੇ ਇਹਨਾਂ ਨੇ ਜ਼ਰੂਰੀ ਕੀਤਾ ਤੁਹਾਡੀਆਂ ਲਾਈਟਾਂ ਮਗਰ ਇੰਨੀਆਂ ਜਗਣੀਆਂ ਚਾਹੀਦੀਆਂ। ਜੇ ਨਹੀਂ ਜਗਦੀਆਂ ਤੁਹਾਨੂੰ ਬਾਈ ਜੀ ਟਿਕਟ ਦੇਣਗੇ, 200 ਦੀ ਵੀ ਦੇ ਸਕਦੇ, 400 ਦੀ ਵੀ ਦੇ ਸਕਦੇ, ਕਿੰਨੇ ਦੀ ਵੀ ਦੇ ਸਕਦੇ ਆ। ਟੈਕਟ ਆ ਇਹਦੀ, ਲਾਈਟਾਂ ਤੁਹਾਡੀਆਂ ਮਗਰ ਰਾਤ ਨੂੰ ਜਗਣੀਆਂ ਚਾਹੀਦੀਆਂ, ਦਿਨੇ ਵੀ ਜਗਣੀਆਂ ਚਾਹੀਦੀਆਂ ਜੇ ਮੰਨ ਕੇ ਚਲੋ ਵੈਦਰ ਮਾੜਾ ਹੈਗਾ, ਜਿੱਦਾਂ ਅੱਜ ਮੀਂਹ ਵਾਲਾ ਮੌਸਮ ਆ ਤਾਂ ਅੱਜ ਲਾਈਟਾਂ ਤੁਹਾਡੀਆਂ ਜਾਗਦੀਆਂ ਹੋਣੀਆਂ ਚਾਹੀਦੀਆਂ। ਅਤੇ ਜੇ ਨਹੀਂ ਜਾਗਦੀਆਂ ਰਾਤ ਨੂੰ ਬਾਈ ਤੁਹਾਡੀ ਟੈਕਟ ਆ, ਤੁਸੀਂ ਇੱਦਾਂ ਨਹੀਂ ਲੈ ਕੇ ਜਾ ਸਕਦੇ। ਲਓ ਵੀ ਸੱਜਣੋ, ਅਤੇ ਹੁਣ ਆਪਾਂ ਪੈਣ ਲੱਗਿਆ ਬਾਈ ਜੀ ਹਾਈਵੇ ਨੰਬਰ 1 'ਤੇ, ਜਿਹੜਾ ਕਿ ਸਰੀ ਤੋਂ ਚੱਲ ਕੇ, ਜਾਣੀ ਵੈਨਕੂਵਰ ਤੋਂ ਚੱਲ ਕੇ ਬਾਈ ਜੀ ਸਿੱਧਾ ਟੋਰਾਂਟੋ ਜਾਂਦਾ, ਕੈਨੇਡਾ ਦਾ ਨੰਬਰ 1 ਹਾਈਵੇ ਆ ਬਾਈ ਜੀ, ਤਾਂ ਇਹਦਾ ਨਾਂ ਰੱਖਿਆ ਹਾਈਵੇ ਨੰਬਰ 1।
ਅਤੇ ਆਪਾਂ ਹੁਣ ਬਾਈ ਜੀ ਪੈਣ ਲੱਗਿਆ ਅਤੇ ਤੁਹਾਨੂੰ ਸਿਸਟਮ ਹੀ ਦਿਖਾਉਣਾ ਕਿ ਜਦੋਂ ਆਪਾਂ ਹਾਈਵੇ 'ਤੇ ਚੜ੍ਹਨਾ ਅਤੇ ਕਿੱਦਾਂ ਬਾਈ ਜੀ ਉਹਦੇ ਰੂਲ ਹੈਗਾ ਚੜ੍ਹਨ ਦਾ, ਹੈ ਨਾ, ਕਿੱਦਾਂ ਚੜ੍ਹਦੇ ਹੈਗੇ ਆ ਇੱਥੇ। ਅਤੇ ਜਿੱਥੋਂ ਤੱਕ ਹੁਣ ਇੰਡੀਆ ਦੇ ਵਿੱਚ ਵੀ ਯਾਰ ਹੁਣ ਤਾਂ ਰੋਡ ਬਹੁਤ ਵਧੀਆ ਬੰਦ ਲੱਗ ਗਏ, ਹੈ ਨਾ, ਕਿਉਂਕਿ ਪ੍ਰਾਈਵੇਟ ਬਾਹਰ ਦੀਆਂ ਕੰਪਨੀਆਂ ਨੇ ਠੇਕੇ ਲੈ ਲਏ ਆ, ਹੈ ਨਾ, ਅਤੇ ਕਿਉਂਕਿ ਉਹ ਚੀਜ਼ਾਂ ਵਧੀਆ ਵੀ ਹੈਗੀਆਂ, ਉੱਦਾਂ ਦੇ ਹੀ ਰੋਡ ਹੁਣ ਆਪਣੇ ਮੰਨ ਕੇ ਚਲੋ ਇੰਡੀਆ ਵੀ ਹੁਣ ਤਾਂ ਬਣਨ ਲੱਗ ਗਏ, ਬਹੁਤ ਸੋਹਣੇ ਸੋਹਣੇ ਰੋਡ ਬਣਨ ਲੱਗ ਗਏ ਹੁਣ ਤਾਂ ਉੱਥੇ ਵੀ। ਅਤੇ ਜਿੱਦਾਂ ਬਾਈ ਜੀ ਇਹ ਨੋਰਮਲ 60 ਦਾ, ਹੈ ਨਾ, ਰੋਡ ਸੀਗਾ ਜਿਹੜੇ ਦੇ ਉੱਤੇ ਆਪਾਂ ਹੁਣ ਹੈਗੇ ਹਾਂ, ਅਤੇ ਜਦੋਂ ਆਪਾਂ ਚੜ੍ਹਨਾ ਹਾਈਵੇ ਮੂਹਰੇ ਆਪਾਂ ਨੂੰ 100 ਦਾ ਆਉਣਾ, ਹੈ ਨਾ, ਉਹਦੇ ਉੱਤੇ ਆਪਾਂ ਕਿੱਦਾਂ ਮਰਜ ਕਰਨਾ, ਮਰਜ ਦਾ ਮਤਲਬ ਵੀ ਕਿੱਦਾਂ ਚੜ੍ਹਨਾ, ਹੈ ਨਾ, ਉਹਨਾਂ ਨੇ ਸਿਸਟਮ ਬਣਾਇਆ ਹੋਇਆ ਵੀ ਇੱਕ ਮਰਜ ਲੈਣ ਬਣਾਈ ਹੋਈ ਆ, ਆਪਾਂ ਪਹਿਲਾਂ 100 ਦੀ ਸਪੀਡ ਬਣਾਉਣੀ ਆ, ਫਿਰ ਆਪਾਂ ਜਾ ਕੇ ਹਾਈਵੇ 'ਤੇ ਚੜ੍ਹਨਾ। ਕਈ ਵਾਰ ਹੁੰਦਾ ਪਿੱਛੋਂ 100 ਦੀ ਸਪੀਡ 'ਤੇ ਕੋਈ ਚੀਜ਼ ਆਉਂਦੀ, ਆਪਾਂ 60 ਦੀ ਸਪੀਡ 'ਤੇ ਹਾਈਵੇ 'ਤੇ ਚੜ੍ਹ ਗਏ ਅਤੇ ਬਾਈ ਜੀ ਮਗਰੋਂ ਉਹ ਚੀਜ਼ ਨੂੰ ਬ੍ਰੇਕ ਵੀ ਮਾਰਨੇ ਪੈਣੇ ਆ ਅਤੇ ਵਿੱਚ ਵੀ ਵੱਜ ਸਕਦੀ ਹੈ ਨਾ। ਆਹ ਹੁਣ ਰੈਂਪ ਆ ਬਾਈ ਜੀ, ਇੱਥੋਂ ਆਪਾਂ ਹੁਣ ਟਰੱਕ ਭਜਾ ਕੇ ਨਾ 100 ਦੀ ਸਪੀਡ 'ਤੇ ਕਰਨਾ, ਠੀਕ ਆ, 100 ਦੀ ਸਪੀਡ 'ਤੇ ਕਰਕੇ ਮੁੜ ਕੇ ਆਪਾਂ ਹਾਈਵੇ 'ਤੇ ਚੜ੍ਹਨਾ। ਇਹਨੂੰ ਮਰਜ ਲੈਣ ਕਹਿ ਦਿੰਦੇ ਆ ਬਾਈ ਜੀ। ਹੁਣ ਆਪਾਂ ਟਰੱਕ ਇੱਥੋਂ ਲੈਣਾ 50 ਅਤੇ 100 ਦੀ ਸਪੀਡ 'ਤੇ ਕਰਕੇ ਨਾ ਫਿਰ ਆਪਾਂ ਮੇਨ ਹਾਈਵੇ 'ਤੇ ਚੜ੍ਹਨਾ। ਆਹ ਪਹਿਲੀ ਮਰਜ ਲੈਣ ਆ ਗਈ, ਹੁਣ ਇੱਥੇ ਆਪਣੀ ਸਪੀਡ ਹੋ ਗਈ 80 ਦੀ ਬਾਈ ਜੀ, ਠੀਕ ਆ ਜੀ, ਅਤੇ ਇੱਥੋਂ ਆਪਾਂ ਫੇਰ ਖਿੱਚਦਾ ਅਤੇ ਹੁਣ ਪੂਰਾ 100 ਦੀ ਸਪੀਡ 'ਤੇ ਕਰਕੇ, ਅਤੇ ਮਗਰਲੇ ਨੇ ਬਾਈ ਜੀ ਆਪਣੇ ਆਪ ਰਾਹ ਦੇਣਾ, ਉਹਨੂੰ ਪਤਾ ਬਈ ਉਹਨੇ ਬੰਦੇ 'ਤੇ ਚੜ੍ਹਨਾ ਹੈ, ਅਤੇ ਮਗਰ ਆਪਣੇ ਹੁਣ ਕੁਝ ਵੀ ਨਹੀਂ ਆਉਂਦਾ ਪਿਆ। ਅਤੇ ਚਲੋ ਜੀ ਬਾਈ ਜੀ 100 ਦੀ ਸਪੀਡ ਕਰਕੇ ਹੁਣ ਆਪਾਂ ਹਾਈਵੇ 'ਤੇ ਚੜ੍ਹ ਗਈ। ਇਹਦੇ ਨਾਲ ਕੀ ਹੈਗਾ ਬਾਈ ਜੀ, ਨਾ ਤਾਂ ਟ੍ਰੈਫਿਕ ਪਿੱਛੇ ਬੋਦਰ ਹੁੰਦਾ ਅਤੇ ਨਾ ਹੀ ਬਾਈ ਜੀ ਕੋਈ ਐਕਸੀਡੈਂਟ ਹੋਣ ਦਾ ਚਾਂਸ ਹੈਗਾ, ਕਿਉਂਕਿ 100 ਦੀ ਸਪੀਡ 'ਤੇ ਮਗਰ ਆਉਣੇ ਅਤੇ 100 ਦੀ ਸਪੀਡ 'ਤੇ ਆਪਾਂ ਚੜ੍ਹਨਾ ਹੁੰਦਾ। ਚਲੋ ਬਾਈ ਜੀ, ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਈ ਜੀ, ਜਾਣਕਾਰੀਆਂ ਤੁਹਾਨੂੰ ਵਧੀਆ ਲੱਗਦੀਆਂ, ਜੇ ਬੋਰਿੰਗ ਲੱਗਦੀ ਹੈ ਬਾਈ ਜੀ ਫਿਰ ਵੀ ਦੱਸ ਦਿਓ, ਫਿਰ ਆਪਾਂ ਭਗਾਈ ਜੀ ਮਾਰ ਲੱਗ ਜਾਂਗੇ, ਹੈ ਨਾ, ਮੈਨੂੰ ਐਂ ਹੁੰਦਾ ਜਿਹੜੀ ਜਾਣਕਾਰੀ ਬਾਈ ਜੀ ਤੁਹਾਨੂੰ ਦੇ ਸਕਦੇ, ਹੈ ਨਾ, ਤਾਂ ਤੁਹਾਨੂੰ ਦਈਏ। ਅਤੇ ਵੀਡੀਓ 'ਤੇ ਬਣੇ ਰਹੋ ਬਾਈ ਜੀ, ਵਧੀਆ ਵਧੀਆ ਤੁਹਾਨੂੰ ਹੋਰ ਵਿਊ ਦਿਖਾਵਾਂਗੇ, ਬਣੇ ਰਹੋ ਵੀਡੀਓ 'ਤੇ। ਸੱਜਣਾ ਚੈੱਕ ਕਰੋ ਅਤੇ ਆਪਾਂ ਪਹੁੰਚ ਗਏ ਬਾਈ ਜੀ, ਕਿੱਥੇ ਆਪਾਂ ਪਹੁੰਚ ਗਏ ਬਾਈ ਜੀ, ਬਿਲਕੁਲ ਕੋਕ ਦੇ ਟੌਪ 'ਤੇ ਪਹੁੰਚ ਗਏ। ਮਗਰਲੇ ਬਲੌਗ ਦੇ ਵਿੱਚ ਤੁਸੀਂ ਚੈੱਕ ਕੀਤਾ ਹੋਣਾ ਜਿੱਥੇ ਫੂਡ ਟਰੱਕ ਲੱਗਿਆ ਵਾ ਸੀਗਾ, ਉਹ ਬਾਈ ਜੀ ਹੈਗਾ ਉੱਪਰ ਬਿਲਕੁਲ ਹਿੱਲ ਦੇ ਉੱਤੇ ਆ, ਅਤੇ ਆਪਾਂ ਇੱਥੇ ਥੱਲੇ ਖੜ੍ਹੇ ਹਾਂ। ਅਤੇ ਜਿਹੜਾ ਇਹ ਬਾਈ ਜੀ ਏਰੀਆ ਹੈਗਾ ਨਾ, ਇਹ ਹੈਗਾ ਜੀ ਚੈਨ ਅਪ ਏਰੀਆ। ਸਾਹਮਣੇ ਟਰੱਕ ਤੁਰ ਪਿਆ, ਮੈਂ ਤੁਹਾਨੂੰ ਉਹ ਦਿਖਾਉਣ ਵਾਸਤੇ ਰੁਕਿਆ ਸੀਗਾ। ਇਹ ਟਰੱਕ ਹੈਗਾ ਵੀ ਵਾਈਡ ਲੋਡ ਵਾਲੇ ਹੈਗੇ ਆ, ਮੰਨ ਕੇ ਚਲੋ ਜਿੱਦਾਂ ਆਪਣਾ 8.5 ਫੁੱਟ ਟ੍ਰੇਲਰ ਚੌੜਾ ਹੁੰਦਾ ਤਾਂ ਇਦੂ 10 ਫੁੱਟ ਮੰਨ ਕੇ ਚਲੋ ਵੀ ਇੰਨਾ ਹੁੰਦਾ, ਹੈ ਨਾ, ਇਹਨੂੰ ਵਾਈਡ ਲੋਡ ਟਰੱਕ ਕਹਿ ਦਿੰਦੇ ਆ। ਇਹਦੇ ਵਾਸਤੇ ਪ੍ਰੋਪਰ ਦੇਖੋ ਪਿੱਛੇ ਲਿਖਿਆ ਹੋਣਾ ਚਾਹੀਦਾ, ਝੰਡੇ ਲੱਗੇ ਹੋਏ ਆ, ਅਤੇ ਮੂਹਰੇ ਬਾਈ ਜੀ ਉਹ ਸਾਹਮਣੇ ਹੁਣ ਲੰਘ ਗਈ ਗੱਡੀ, ਐਕੜਾ ਮੂਹਰੇ ਗੱਡੀ ਜਾਂਦੀ ਹੁੰਦੀ ਆ, ਉਹਦੇ ਉੱਤੇ ਨਾ ਲਾਈਟਾਂ ਜਾਗਦੀਆਂ ਬੁਝਦੀਆਂ ਰਹਿੰਦੀਆਂ ਅਤੇ ਲਿਖਿਆ ਹੁੰਦਾ ਵਾਈਡ ਲੋਡ। ਜਿਹੜੇ ਬੰਦੇ ਮੂਹਰੇ ਆਉਂਦੇ ਆ
ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੂਹਰੇ ਚੌੜਾ ਲੋਡ ਆਉਂਦਾ, ਉਹ ਥੋੜ੍ਹਾ ਜਿਹਾ ਸਾਈਡ 'ਤੇ ਲੈ ਲੈਂਦੇ ਜਾਂ ਉਹ ਪ੍ਰਪੇਅਰ ਹੋ ਜਾਂਦੇ। ਉਹ ਸਿਰਫ ਗੱਡੀ ਪਾਇਲਟ ਗੱਡੀ ਕਹਿ ਦਿੰਦੇ ਉਹਨੂੰ, ਸਿਰਫ ਇਹ ਵਾਈਟ ਲੋਡਾਂ ਵਾਸਤੇ ਚੱਲਦੀ ਆ। ਅਤੇ ਆਪਾਂ ਬਾਈ ਜੀ ਖੜ੍ਹੇ ਹਾਂ ਕੋਕ 'ਤੇ, ਬਿਲਕੁਲ ਇਹ ਹੈਗਾ ਬਾਈ ਜੀ ਚੈਨ ਅਪ ਏਰੀਆ, ਜਦੋਂ ਸਨੋਅ ਪੈਂਦੀ ਨਾ ਆਹ ਸਾਰਾ ਜਿਹੜਾ ਪਾਰਕਿੰਗ ਏਰੀਆ ਬਣਾਏ ਵਾ ਇੱਥੇ ਚੈਨਾਂ ਪਾਉਣ ਵਾਸਤੇ ਬਣਾਇਆ। ਅਤੇ ਪੀਟਰ ਬੈਲਟ ਬਾਈ ਚੈੱਕ ਕਰੋ, ਬੱਲਾ 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 ਪੈਂਦੀ ਨਾ ਪੂਰੀ ਧੱਕ, ਬਹੁਤ ਸੋਹਣੇ ਟਰੱਕ ਆਇਆ ਪੀਟਰ ਬੈਲਟ ਹੋਏ ਅਤੇ ਕੈਨਵਰਥ ਹੋਏ, ਇੱਕ ਆਹ ਪਿੱਛੇ ਲੱਕੜਾਂ ਵਾਲਾ ਆਉਂਦਾ ਮਾਰਾ ਬਾਈ ਦੇਖੋ। ਕੋਕ ਬਾਈ ਜੀ ਵੈਸੇ ਰਾਹ ਨਹੀਂ ਖਰਾਬ ਮਾੜੇ ਹੈਗੇ ਜਾਂ ਆਪਾਂ ਕਹਿ ਲਈਏ ਮੋੜ ਮੋੜ ਆ ਜਾਂ ਹੈ ਨਾ ਕਿੱਦਾਂ ਹੈਗਾ, ਮੇਨ ਬਾਈ ਇਹਦੀ ਪ੍ਰੋਬਲਮ ਕੀ ਹੈਗੀ ਆ, ਇਹ ਬਹੁਤ ਉਚਾਈ ਦੇ ਉੱਤੇ ਆ, ਹਾਈਟ ਬਹੁਤ ਆ ਇਹਦੀ, ਅਤੇ ਸਨੋਅ ਸਭ ਤੋਂ ਪਹਿਲਾਂ ਬਾਈ ਜੀ ਇੱਥੇ ਪੈਣ ਲੱਗਦੀ ਆ। ਸਨੋਅ ਦੇ ਵਿੱਚ ਇਹ ਮਾਈਨਸ ਬਾਈ 25 ਡਿਗਰੀ ਟੈਂਪਰੇਚਰ ਆ, ਇੱਥੇ ਖੜ੍ਹ ਕੇ ਚੈਨਾਂ ਪਾਉਣੀਆਂ, ਮੁੜ ਕੇ ਹੌਲੀ ਹੌਲੀ ਟਰੱਕ ਚੜ੍ਹਦੇ ਤਾਂ ਕਿਸੇ ਨੇ ਬਈ ਕਾਰ ਵਾਲੇ ਨੇ ਕਰਤੀ ਗਲਤੀ ਅਤੇ ਹਾਰਨ ਪਿਆ ਉਹ ਸਾਹਮਣੇ ਕਾਰ ਵਾਲੇ ਨੇ, ਉਹਨੇ ਇੱਕੋ ਦਮ ਟਰੱਕ ਦੇ ਮੂਹਰੇ ਨਾਲ ਬ੍ਰੇਕ ਮਾਰਤੇ, ਇੱਥੇ ਉਹਨੇ ਰੁਕਣਾ ਹੋਣਾ ਅਤੇ ਉਹਨੇ ਬਾਈ ਨੇ ਛੱਡਿਆ ਫਿਰ ਹਾਰਨ। ਇਹ ਕਾਰਾਂ ਵਾਲੇ ਬਾਈ ਕਹਿਣਾ ਤਾਂ ਨਹੀਂ ਚਾਹੀਦਾ, ਬਹੁਤ ਐਕਸੀਡੈਂਟ ਕਰਾਉਂਦੇ ਯਾਰ ਕਾਰਾਂ ਵਾਲੇ। ਉਹ ਲੋਡਡ ਸੀਗਾ, ਉਹਨੇ ਮੂਹਰੇ ਬ੍ਰੇਕ ਮਾਰਤੇ ਰੁਕਣ ਦੇ ਮਾਰੇ ਨੇ, ਅਤੇ ਉਹਨੇ ਫਿਰ ਬਾਈ ਹਾਰਨ ਮਾਰਿਆ ਅਤੇ ਗਾਲ ਕੱਢੀ, ਇੱਥੇ ਇੱਕ ਬਰਾਬਰ ਚੱਲਦਾ ਕੰਮ। ਅਤੇ ਚਲੋ ਬਾਈ ਜੀ ਆਪਾਂ ਚੱਲਦੇ ਹਾਂ, ਤੁਹਾਨੂੰ ਦਿਖਾਉਣ ਵਾਸਤੇ ਰੁਕਿਆ ਸੀਗਾ, ਮੈਂ ਕਿਹਾ ਚੱਲ ਤੁਹਾਨੂੰ ਦਿਖਾ ਕੇ ਜਾਂਦੇ ਹਾਂ ਚੈਨ ਅਪ ਏਰੀਆ। ਬਾਈ ਜੀ ਇਹ ਕੋਕ ਦਾ ਸਭ ਤੋਂ ਵੱਡਾ ਚੈਨ ਅਪ ਏਰੀਆ, ਜਿੰਨੀਆਂ ਪਾਰਕਿੰਗਾਂ ਇਹ ਹੈਗੀਆਂ ਸਾਰੇ ਦੀਆਂ ਸਾਰੀਆਂ ਇਹ ਬਾਈ ਜੀ ਟਰੱਕ ਖੜ੍ਹਾ ਕੇ ਇੱਥੇ ਚੈਨਾਂ ਪਵਾਉਂਦੇ ਆ, ਅਤੇ ਆਪਾਂ ਤਾਂ ਕੱਢਿਆ ਇੱਥੇ। ਉਹ ਜਾਂਦਾ ਇੱਕ ਬਾਈ ਪੀਟਰ ਬੈਲਟ, ਹੋਰ ਮੇਰਾ ਇਸ਼ਕ ਇਸ਼ਕ ਤਿਆਰ ਹੋ ਜਾਂਦਾ ਟਰੱਕ ਦੇ ਨਾਲ ਯਾਰ। ਚਲੋ ਬਾਈ ਜੀ ਚੱਲਦੇ ਹਾਂ ਆਪਾਂ ਇੱਥੋਂ ਅੱਗੇ ਅਤੇ ਕਰਦੇ ਹਾਂ ਗਾਹਾਂ ਗੱਲਬਾਤ। ਹਾਂਜੀ ਸੱਜਣੋ, ਅਤੇ ਤੇਲ ਭਰਾ ਲਈਏ ਬਾਈ ਜੀ, ਇਹਨੂੰ ਵੀ ਖੁਰਾਕ ਦੇ ਦਈਏ, ਅਤੇ ਤੁਹਾਨੂੰ ਲੋਡ ਦਿਖਾਉਣੇ ਆ ਕਾਹਦਾ। ਬਾਈ ਜੀ ਦੱਸਿਓ ਨਾ ਕਿਸੇ ਨੂੰ ਬੰਬਾਂ ਦਾ ਲੋਡ ਚੱਲਿਆ, ਲੜਾਈ ਲੱਗਣ ਵਾਲੀ ਆ। ਇਹ ਲੋਡ ਬਾਈ ਬੰਬ ਲੱਦ ਕੇ ਲੈ ਕੇ ਚੱਲਿਆ ਬੰਬ, ਅਤੇ ਆਪਾਂ ਪਵਾ ਲਈਏ ਬਾਈ ਜੀ ਤੇਲ, ਅਤੇ ਇੱਦਾਂ ਤੇਲ ਪੈਂਦਾ ਬਾਈ ਜੀ, ਉੱਧਰ ਵੀ ਆਪਣੀ ਗੰਨ ਲੱਗੀ ਹੋਈ ਆ, ਇੱਧਰ ਵੀ ਲੱਗੀ ਹੋਈ ਆ, ਅਤੇ ਦੋਨੇ ਟੈਂਕੀਆਂ ਬਾਈ ਜੀ ਆਪਣੀਆਂ ਭਰ ਜਾਣੀਆਂ ਇਕੱਠੀਆਂ। ਅਤੇ ਜੇ ਗੱਲ ਕਰੀਏ ਬਾਈ ਜੀ ਮੌਸਮ ਦੀ, ਮੀਂਹ ਪੈ ਕੇ ਇੱਥੇ ਵੀ ਮਾੜਾ ਮੋਟਾ ਹਟਿਆ ਵਾ, ਅਤੇ ਆਪਾਂ ਨੂੰ ਲਗਾਤਾਰ ਮੀਂਹ ਪੈਂਦਾ ਹੀ ਆਉਂਦਾ, ਅਤੇ ਪਰ ਇੱਧਰ ਨੂੰ ਆ ਕੇ ਹਟ ਗਿਆ ਹੈ ਨਾ, ਥੋੜ੍ਹਾ ਥੋੜ੍ਹਾ ਪਹਾੜੀਆਂ 'ਚੋਂ ਨਿਕਲਿਆ ਆਪਾਂ ਬਾਹਰ, ਦੇਖੋ ਕੱਚੀਆਂ ਜੀਆਂ ਪਹਾੜੀਆਂ ਰਹਿ ਗਈਆਂ, ਇੱਧਰ ਨੂੰ ਦਰੱਖਤ ਘੱਟ ਗਏ ਪਹਾੜੀਆਂ ਦੇ ਉੱਤੇ, ਅਤੇ ਦਰੱਖਤ ਗਏ ਘਾਟ, ਅਤੇ ਮੌਸਮ ਵੀ ਬਾਈ ਜੀ ਸਾਫ ਹੋ ਚੱਲਿਆ। ਸੱਜਣੋ ਕਿੰਨੇ ਦਾ ਤੇਲ ਜਾਂਦਾ, 570 ਲੀਟਰ ਤੋਂ ਉੱਤੇ ਪੈ ਗਿਆ, 1246 ਡਾਲਰ, ਕਾਊਂਟ ਕਰ ਲਓ 50,000 ਤੋਂ ਉੱਤੇ ਦਾ ਤੇਲ ਹੋ ਗਿਆ ਬਾਈ ਜੀ, ਚੈੱਕ ਕਰੋ ਲੱਖ ਦਾ ਪੈ ਜਾਣਾ, ਨੇੜੇ ਤੇੜੇ ਹੀ ਪੈ ਜਾਣਾ ਲੱਖ ਦੇ। ਅਤੇ ਇਹ ਇੱਦਾਂ ਦੀ ਬਾਈ ਜੀ ਮਸ਼ੀਨ ਆ ਜਿੱਥੇ ਆਪਾਂ ਕਾਰਡ ਮਾਰ ਕੇ ਤੇਲ ਪਵਾ ਸਕਦੇ ਹਾਂ, ਅਤੇ ਉਹ ਦੇਖੋ ਟ੍ਰੇਨ ਨਿਕਲੀ ਜਾਂਦੀ ਨਾਲ। ਸ਼ਹਿਰ ਦਾ ਨਾਂ ਹੈਗਾ ਬਾਈ ਜੀ ਕੈਮਲੂਪ, ਜਿੱਥੇ ਦਾ ਇਹ ਪੈਟਰੋ ਪਾਸ ਹੈਗਾ, ਇਹ ਮਗਰ ਇੰਜਨ ਲੱਗਿਆ ਜਾਂਦਾ, ਦੇਖ ਖੜਕੇ ਹੀ ਵਾਲਾ ਪੈਂਦਾ। ਆ ਪਿੱਕੇ ਦੇ ਉੱਤੇ ਬਾਈ ਜੀ ਪੱਕੀਆਂ ਟੈਂਕੀਆਂ ਰੱਖੀਆਂ, ਇਹ ਬੰਦੇ ਹੈਗੇ ਕੰਸਟਰਕਸ਼ਨ ਵਾਲੇ ਜਿਹੜੀਆਂ ਉੱਥੇ ਇਹਨਾਂ ਦੀਆਂ ਖੜੀਆਂ ਆਪਣੀਆਂ ਜੇ ਸੀ ਬੀਆਂ ਲਾ ਲਓ ਜਾਂ ਹੋਰ ਆ, ਉਹਦੇ ਵਿੱਚ ਤੇਲ ਭਰਾਉਣਗੇ ਇਹ, ਅਤੇ ਆਪਣਾ ਬਾਈ ਜੀ ਤੇਲ ਚੱਲੀ ਜਾਂਦਾ ਇਹ। ਆਹ ਜਿਹੜਾ ਹੁੰਦਾ ਮੈਂ ਤੁਹਾਨੂੰ ਅੱਗੇ ਵੀ ਵੀਡੀਓ ਵਿੱਚ ਦਿਖਾਉਣਾ, ਦੋ ਤਰ੍ਹਾਂ ਦਾ ਤੇਲ ਪੈਂਦਾ, ਆਹ ਉਹ ਡੀਜ਼ਲ ਆ, ਆਹ ਪੰਪ ਹੈਗਾ ਜਿਹੜਾ ਮੰਨ ਕੇ ਚੱਲੋ ਪ੍ਰਦੂਸ਼ਣ ਨਹੀਂ ਹੋ ਦਿੰਦਾ, ਉਹ ਤੇਲ ਪਾਉਣਾ ਆਪਾਂ ਉਹ ਟੈਂਕ ਦੇ ਵਿੱਚ। ਅਤੇ ਤੇਲ ਆਪਾਂ ਚੈੱਕ ਕਰੋ ਕਿੰਨੇ ਦਾ ਪੈ ਗਿਆ,
ਮਾੜੀ ਆਪਾਂ ਹੋਰ ਫੁੱਲ ਕਰ ਹੀ ਲਈ ਲਓ ਅੱਧੀ ਨਾਲ ਥੋੜ੍ਹੀ ਜਿਹੀ ਟੈਂਕੀ ਘੱਟ ਸੀਗੀ ਅਤੇ ਕੁੱਤਾ ਜਿਹਾ ਚੱਕ ਕੇ 655 ਲੀਟਰ ਪੈ ਗਿਆ 1422 ਦਾ ਅਤੇ ਗੁਣਾ ਕਰਕੇ ਦੇਖ ਲਓ ਕਾਟਾਂ ਬਾਟਾਂ ਇੰਡੀਆ ਦਾ ਕਿੰਨਾ ਬਣ ਗਿਆ ਅਤੇ ਤੇਲ ਭਰਾ ਲਈਏ ਬਾਈ ਜੀ ਆਪਾਂ ਢੱਕਣ ਲਈਏ ਲਾ ਨੱਕੋ ਨੱਕ ਹੋ ਗਈਆਂ ਹੁਣ ਤਾਂ ਜਮ੍ਹਾਂ ਇੱਕ ਬਾਈ ਬਾਲ ਮਾਟ ਵਾਲਾ ਵੀ ਆ ਗਿਆ ਅਤੇ ਤੇਲ ਭਰਾ ਲਈ ਲੈ ਵੀ ਸੱਜਣੋ ਰਾਤ ਦੇ ਬੱਜ ਗਏ 9 ਅਤੇ ਟ੍ਰੇਨ ਬਾਈ ਜੀ ਲੰਘੀ ਜਾਂਦੀ ਸੀ ਲਓ ਜੀ ਲੰਘ ਗਈ ਬਹੁਤ ਫਾਟਕਾਂ ਦੇ ਦੇਖੋ ਬਾਈ ਜੀ ਕੋਈ ਵੀ ਨਹੀਂ ਖੜ੍ਹਾ ਅਤੇ ਆਟੋਮੈਟਿਕ ਫਾਟਕ ਆ ਅਤੇ ਸਿਰੇ ਤੋਂ ਸਿਰੇ ਤੱਕ ਵੀ ਨਹੀਂ ਫਾਟਕ ਉੱਧਰਲੀ ਲੈਨ ਉੱਧਰਲਾ ਫਾਟਕ ਆ ਅਤੇ ਟ੍ਰੇਨ ਲੰਘਣ ਸਾਰੀ 5 ਸਕਿੰਟਾਂ ਦੇ ਵਿੱਚ ਫਾਟਕ ਚੱਕੇ ਗਏ ਵੀ 5 ਸਕਿੰਟਾਂ ਦੇ ਵਿੱਚ ਕੋਈ ਬੰਦਾ ਨਹੀਂ ਖੜ੍ਹਾ ਸੀ ਹੈ ਨਾ ਲੰਘਣ ਸਾਰੀ ਬਸ ਅਤੇ ਜਦੋਂ ਟ੍ਰੇਨ ਆਉਣੀ ਆ ਅਤੇ 10 ਕੁ ਸਕਿੰਟ 15 20 ਕੁ ਸਕਿੰਟ ਮੰਨ ਕੇ ਚੱਲੋ ਪਹਿਲਾਂ ਲੱਗ ਗਿਆ ਬਾਹਲਾ ਟਾਈਮ ਨਹੀਂ ਪਹਿਲਾਂ ਵੀ 5 ਮਿੰਟ ਲਾ ਲੈਂਦੇ ਆ ਸੱਜਣੋ ਅਤੇ ਲੰਬੀ ਵੇਟ ਤੋਂ ਬਾਅਦ ਬਾਈ ਜੀ ਆਪਾਂ ਪਹੁੰਚ ਗਏ ਕੈਲਗਰੀ ਅਤੇ ਜੀ ਗੱਲ ਕਰੀਏ ਬਾਈ ਆਪਾਂ ਤੁਰੇ ਸੀਗੇ ਨਾ 10 ਕੁ ਵਜੇ ਤੁਰੇ ਸੀਗੇ ਅਤੇ ਟਾਈਮ ਬਾਈ ਜੀ ਹੋ ਗਿਆ ਹੁਣ ਕਿੰਨੇ ਵੱਜ ਗਏ 1:30 ਵੱਜ ਗਿਆ ਬਾਈ ਜੀ ਪੈਂਦਿਆਂ ਨੂੰ ਆਪਾਂ ਨੂੰ ਉਹੀ 2:30 ਰੋਟੀ ਰੋਟੀ ਖਾ ਕੇ 2:30 ਵੱਜ ਜਾਣੇ ਆ ਅਤੇ ਤੜਕਿਓ ਫੇਰ ਆ ਪਰਲੀ ਨਿਕਲਣਾ 8 ਕੁ ਵਜੇ ਤੱਕ ਅਤੇ ਹੁਣ ਕਰਦੇ ਆਪਾਂ ਨੀਨੀ ਅਤੇ ਜਾਂਦੇ ਆਉਂਦੇ ਬਾਈ ਜੀ ਚੈੱਕ ਕਰੋ ਲਾਈਟਾਂ ਟਰੱਕ ਦੀਆਂ ਕਿੱਦਾਂ ਲੱਗਦੀਆਂ ਪਈਆਂ ਹੈ ਨਾ ਅਤੇ ਜੇ ਬਾਈ ਜੀ ਬਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਕਮੈਂਟ ਕਰਨਾ ਨਾ ਭੁੱਲਿਓ ਅਤੇ ਮਿਲਦੇ ਹਾਂ ਬਾਈ ਜੀ ਆਪਾਂ ਅਗਲੇ ਬਲੌਗ ਦੇ ਵਿੱਚ ਅਤੇ ਲਾਈਟਾਂ ਚੈੱਕ ਕਰਕੇ ਬਾਈ ਜੀ ਜ਼ਰੂਰ ਜਾਇਓ ਧੰਨਵਾਦ।